मन पुरख त्याए बरदाता संत सहार सदा बिख्याता तास चरण लैर दे त्यावो तो परम गुरु नानक गुण गावो गावो गुण परम गुरु सुख सागर दुर्त निवारण शब्द सरे गावह गंभीर तीर मत सागर जोगी जंगम ध्यान धरे गावह इंद्राद भगत प्रहलादिक आत्म रस जिन जानेओ कब कल सुजस गावो गुरु नानक राज जोग जिन मानेओ कब कल सुजस गावो गुरु नानक राज जोग जिन माण्यो वाहिगुरु जी का खालसा वाहिगुरु जी की फतेह। बाला प्रीतम तन तन गुरु हरकृष्ण साहिब महाराज जी दे पावन पवित्र मुकद्दस चरण शो प्राप्त अस्थान गुरुद्वारा मोती बाग साहिब बंगला साहिब विखे आप जी हाजरियां भर रहे हो अमृत वेले तो सजे हुए दीवाना दे विच रब्बी बाणी आसा दीवार दे शब्द कीर्तन गुरु के कीर्तनियां पासों सरवण कीते ने। जो लड़ीवार गुर शब्द दे विचार दा हुण समा है ओ शब्द लड़ी दा आप जी ने गुरु के वजीर भाई जोगिंदर सिंह जी तिना पासो सरवण कीता है। अज तन तन जहर पीर जगत गुर बाबा जगत गुरु सतगुरु गुरु नानक साहिब जी दे ज्योति जोत समाण दा वी पुरब है। इस पुरब ते सतगुरु गुरु नानक साहिब जी की महिमा वड़ियाई इतिहास अते उन्हां दे उपदेश दे नाल सांझ पाउणी है। उत्थे लड़ीवार गुर शब्द की विचार नौवीं साहिबां दे वचनां नूं सामने रख करके हाजरी लगाउणी है। सो विचारां दे नाल जुड़न तो पहला सांझ पाण तो पहला करो रसना पवित्र आखो सतनाम श्री वाहिगुरु जी फिर आखो सतनाम श्री वाहिगुरु जी। गौड़ी की वार ये गुरु रामदास पातशाह जी की उचारण कीती हुई है। ਜਿਵੇਂ ਆਪ ਜੀ ਪਿੱਛੇ ਲੜੀ ਦੇ ਵਿੱਚ ਸਰਵਣ ਕਰ ਰਹੇ ਹੋ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਨੇ ਨਰੋਲ ਸਤਿਗੁਰਾਂ ਦੀ ਮਹਿਮਾ ਇਹਦੇ ਵਿੱਚ ਉਚਾਰਨ ਕੀਤੀ ਹੈ ਔਰ ਖਾਸ ਕਰਕੇ ਗੁਰੂ ਪਾਤਸ਼ਾਹ ਜੀ ਦੇ ਸਿਧਾਂਤ ਵਿਚਾਰਧਾਰਾ ਨੂੰ ਜਿਹੜੇ ਨਾ ਸਮਝਣ ਵਾਲੇ ਉਹ ਅਤੇ ਜਿਹੜੇ ਸਮਝ ਕੇ ਵੀ ਨਿੰਦਾ ਕਰਨ ਵਾਲੇ ਨੇ ਖਾਸ ਤੌਰ 'ਤੇ ਉਹਨਾਂ ਨਿੰਦਕਾਂ ਨੂੰ ਆਪਣੇ ਸ਼ਬਦਾਂ ਦੇ ਵਿੱਚ ਝਾੜਾਂ ਵੀ ਪਾਈਆਂ ਨੇ। ਗੁਰੂ ਕੀ ਵਡਿਆਈ ਜਿਹੜੀ ਨਿਤਾ ਪ੍ਰਤੀ ਦੂਣੀ ਚੌਣੀ ਵਧਣ ਵਾਲੀ ਸਵਾਈ ਹੋਣ ਵਾਲੀ ਹੈ ਉਸ ਵਡਿਆਈ ਨੂੰ ਬਿਆਨ ਕੀਤਾ ਹੈ। ਭਾਵੇਂ ਕਿ ਇਹ ਸਲੋਕ ਇਹ ਸ਼ਬਦ ਜਿਹੜੇ ਨੇ ਇਤਿਹਾਸਕ ਪੱਖ ਦੇ ਨਾਲ ਜਿਹੜੇ ਨੇ ਉਹ ਜੁੜੇ ਹੋਏ ਨੇ ਪਰ ਇਹਨਾਂ ਦਾ ਜਿਹੜਾ ਪਰਮਾਰਥੀ ਭਾਵ ਅਰਥ ਹੈ ਉਹ ਸਾਂਝਾ ਹੈ ਸਾਰਿਆਂ ਦੇ ਲਈ।
ਗੁਰੂ ਰਾਮਦਾਸ ਪਾਤਸ਼ਾਹ ਜੀ ਜਿਤਨਾ ਗੁਰੂ ਅਮਰਦਾਸ ਪਾਤਸ਼ਾਹ ਆਪਣੇ ਮਾਲਕ ਸਤਿਗੁਰੂ ਨੂੰ ਜਾਣਦੇ ਨੇ, ਸਮਝਦੇ ਨੇ, ਸ਼ਾਇਦ ਇੰਨਾ ਹੋਰ ਕੋਈ ਨਹੀਂ ਜਾਣਦਾ। ਗੁਰੂ ਦੇ ਨੇੜੇ ਰਹਿਣ ਵਾਲਾ, ਗੁਰੂ ਦੀ ਸਿੱਖਿਆ ਨੂੰ, ਉਪਦੇਸ਼ ਨੂੰ ਸ਼ਰਧਾ ਭਾਵ ਮਨ ਬਚਨ ਕਰਮਾਂ ਕਰਕੇ ਜਿਹੜਾ ਜਾਣਨ ਵਾਲਾ ਹੈ, ਗੁਰੂ ਦੀ ਵਡਿਆਈ ਨੂੰ ਉਹ ਹੀ ਸਮਝ ਸਕਦਾ ਹੈ, ਗੁਰੂ ਦੀ ਮਹਿਮਾ ਉਹ ਹੀ ਜਾਣ ਸਕਦਾ ਹੈ। ਇਸੇ ਵਾਸਤੇ ਹੀ ਉਹਨਾਂ ਨੇ ਇਹ ਸ਼ਬਦ ਜਿਹੜੇ ਨੇ ਇਸ ਵਾਰ ਦੇ ਵਿੱਚ ਉਚਾਰਨ ਕੀਤੇ ਹਨ, ਪਰ ਇਹ ਸਾਡੇ ਸਾਰਿਆਂ ਦੇ ਲਈ ਮਾਰਗਦਰਸ਼ਨ ਨੇ। ਇਹ ਸਾਨੂੰ ਸਾਰਿਆਂ ਨੂੰ, ਸਾਰੇ ਜਗਤ ਨੂੰ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਪ੍ਰਥਾਏ ਕੋਈ ਵੀ ਹੈ, ਪਰ ਹੈ ਇਹ ਸਾਖੀ ਸਾਂਝੀ ਸਗਲ ਜਹਾਨੇ। ਇਹ ਸਿੱਖਿਆ ਸਾਰੇ ਜਹਾਨ ਦੇ ਲਈ, ਸਾਰੇ ਸੰਸਾਰ ਦੇ ਲਈ ਸਾਂਝੀ ਹੈ। ਕੋਈ ਵੀ ਇਸ ਤੋਂ ਆਪਣੇ ਜੀਵਨ ਨੂੰ ਸਵਾਰ ਸਕਦਾ ਹੈ, ਨਿੰਦਾ ਚੁਗਲੀ ਔਗਣਾਂ ਨੂੰ ਤਿਆਗ ਕਰਕੇ, ਗੁਰੂ ਦੇ ਮਾਰਗ ਰਾਹ ਦੇ ਉੱਪਰ ਚੱਲ ਕਰਕੇ ਆਪਣਾ ਜੀਵਨ ਸਫਲ ਕਰ ਸਕਦਾ ਹੈ। ਬਾਣੀ ਦਾ ਪ੍ਰਯੋਜਨ ਤਾਂ ਇਹੀ ਹੈ। ਔਰ ਖਾਸ ਤੌਰ 'ਤੇ ਜਿਹੜੇ ਅੱਜ ਆਪ ਜੀ ਨੇ ਸ਼ਬਦ ਸੁਣੇ ਨੇ, ਸਲੋਕ ਸੁਣੇ ਨੇ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ, ਇਹਨਾਂ ਦੇ ਵਿੱਚ ਇੱਕ ਬੜਾ ਅਹਿਮ, ਵੈਸੇ ਤਾਂ ਇੱਕ ਇੱਕ ਅੱਖਰ ਜਿਹੜਾ ਹੈ ਬੜਾ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ, ਅਹਿਮ ਹੈ, ਪਰ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ, ਇਹ ਪੰਕਤੀ ਜਿਹੜੀ ਇਹ ਵਿਸ਼ੇਸ਼ ਤੌਰ ਦੇ ਉੱਪਰ ਬਹੁਤ ਅਹਿਮ ਹੈ। ਕਿਉਂਕਿ ਗੁਰੂ ਰਾਮਦਾਸ ਪਿਤਾ ਜੀ ਦੱਸਦੇ ਨੇ ਕਿ ਇਹ ਗੁਰਬਾਣੀ ਹੀ, ਗੁਰੂ ਦਾ ਸ਼ਬਦ ਹੀ ਜਿਹੜਾ ਹੈ, ਇਹ ਸਾਨੂੰ ਨੀਵਿਆਂ ਤੋਂ ਉੱਚੇ ਕਰ ਸਕਦਾ ਹੈ, ਸਾਨੂੰ ਕਮਜ਼ੋਰਾਂ ਤੋਂ ਅਡੋਲ ਬਲਵਾਨ ਬਣਾ ਸਕਦਾ ਹੈ। ਸਤਿਗੁਰੂਆਂ ਦਾ ਸ਼ਬਦ ਸਿੱਖਿਆ ਹੀ ਹੈ ਜਿਹੜੇ ਸਾਡੇ ਅੰਦਰ ਦੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਖਤਮ ਕਰਕੇ ਸਾਨੂੰ ਗੁਰਬਾਣੀ ਬਣੀਏ ਵਾਲੇ ਆਦਰਸ਼ ਤੱਕ ਪਹੁੰਚਾ ਸਕਦਾ ਹੈ। ਗੁਰੂ ਰੂਪ, ਗੁਰੂ ਸਵਰੂਪ ਜਿਹੜਾ ਹੈ, ਉੱਥੋਂ ਤੱਕ ਜਿਹੜਾ ਹੈ ਉਸ ਮੰਜ਼ਿਲ ਤੱਕ ਪਹੁੰਚਾ ਸਕਦਾ ਹੈ। ਗੁਰੂ ਅਤੇ ਗੁਰੂ ਦੇ ਸਿੱਖ ਦੇ ਵਿੱਚ ਅੰਤਰ ਨੂੰ ਇਹ ਮਿਟਾ ਸਕਦਾ ਹੈ। ਜਦੋਂ ਸਤਿਗੁਰੂ ਦੀ ਬਾਣੀ ਪੜ੍ਹਾਂਗੇ, ਸੁਣਾਂਗੇ, ਵਿਚਾਰਾਂਗੇ, ਉਹਦੇ ਉੱਪਰ ਚੱਲਾਂਗੇ, ਅਤੇ ਚੱਲ ਕੇ ਵਿਚਾਰ ਕਰਕੇ ਗੁਰੂ ਦਾ ਰੂਪ ਹੀ ਹੋ ਜਾਵਾਂਗੇ। ਤੋ ਆਓ ਬੜੇ ਪ੍ਰੇਮ ਨਾਲ ਪਹਿਲੇ ਸਲੋਕ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਸਲੋਕ ਮਹਿਲਾ ਚੌਥਾ। ਤੁਰ ਮਾਰੇ ਪੂਰੇ ਸਤਿਗੁਰੂ ਸੇਈ ਹੁਣ ਸਤਿਗੁਰ ਮਾਰੇ। ਤੁਰ ਮਾਰੇ ਪੂਰੇ ਸਤਿਗੁਰੂ, ਧੁਰੋਂ ਪਹਿਲਾਂ ਤੋਂ ਹੀ ਇਹ ਇਸ਼ਾਰਾ ਗੁਰੂ ਨਾਨਕ ਸਾਹਿਬ ਜੀ ਵੱਲ ਹੈ। ਇਹਦਾ ਮਤਲਬ ਇਹ ਹੈ ਕਿ ਜਿਹੜੇ ਗੁਰੂ ਦੇ ਸਿਧਾਂਤ, ਗੁਰੂ ਦੀ ਵਿਚਾਰਧਾਰਾ, ਗੁਰੂ ਦਾ ਉਪਦੇਸ਼ ਸੀ, ਉਹਦਾ ਵਿਰੋਧ ਕਰਨ ਵਾਲੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੇਲੇ ਹੀ ਪੈਦਾ ਨਹੀਂ ਸੀ ਹੋਏ, ਇਹ ਉਦੋਂ ਹੀ ਨਹੀਂ ਸੀ ਜੰਮੇ। ਇਹ ਇਹਨਾਂ ਵਰਗੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਵੀ ਸਨ ਜਿਹੜੇ ਗੁਰੂ ਨਾਨਕ ਸਾਹਿਬ ਜੀ ਨੂੰ ਨਾ ਸਮਝ ਕਰਕੇ, ਉਹਨਾਂ ਦੀ ਸਿੱਖਿਆ ਨੂੰ ਨਾ ਜਾਣ ਕਰਕੇ, ਉਪਦੇਸ਼ ਨੂੰ ਸਮਝ ਕਰਕੇ ਭੁਲੇਖੇ ਦੇ ਵਿੱਚ ਪਏ ਹੋਏ ਸਨ, ਭਰਮਾਂ ਦੇ ਵਿੱਚ ਪਏ ਹੋਏ ਸਨ, ਅਤੇ ਉਹਨਾਂ ਨੇ ਇਹ ਜਿਹੜੀ ਮਨੁੱਖਤਾ ਦੀ ਵਿਚਾਰਧਾਰਾ ਸੀ, ਸਰਬ ਸਾਂਝੀ ਵਿਚਾਰਧਾਰਾ, ਇਹ ਸੰਸਾਰ ਨੂੰ ਇੱਕ ਪ੍ਰਭੂ ਦੇ ਨਾਲ ਜੋੜਨ ਵਾਲੀ, ਇੱਕ ਪ੍ਰਭੂ ਦੀ ਸੰਤਾਨ ਦੱਸਣ ਵਾਲੀ ਵਿਚਾਰਧਾਰਾ, ਜਿਹੜੀ ਜਾਤ ਪਾਤ ਵੈਰ ਵਿਰੋਧ ਨੂੰ ਮਿਟਾਉਣ ਵਾਲੀ, ਊਚ ਨੀਚ ਦਾ ਭੇਦ ਭਾਵ ਖਤਮ ਕਰਨ ਵਾਲੀ, ਜਿਹੜੀ ਵਿਚਾਰਧਾਰਾ ਕਰਮ ਕਾਂਡਾਂ ਦੇ ਭਾਵ ਨੂੰ ਮਿਟਾਉਣ ਵਾਲੀ ਸੀ, ਉਹ ਵਿਚਾਰਧਾਰਾ ਮੁਰਦਿਆਂ ਦੇ ਵਿੱਚ ਜਾਨ ਪਾਉਣ ਵਾਲੀ ਸੀ।
ਜਿਹੜੀਆਂ ਦੁਕਾਨਾਂ ਚੱਲ ਰਹੀਆਂ ਸਨ ਕਰਮਾਂ ਕਾਂਡਾਂ ਦੀਆਂ, ਵਹਿਮਾਂ ਭਰਮਾਂ ਦੀਆਂ, ਪਖੰਡਾਂ ਦੀਆਂ, ਉਹ ਲੋਕ ਕਿਵੇਂ ਇਸ ਸੱਚ ਦੀ ਵਿਚਾਰਧਾਰਾ ਨੂੰ ਬਰਦਾਸ਼ਤ ਕਰ ਸਕਦੇ ਸਨ? ਬਹੁਤ ਵਿਰੋਧੀ ਸਨ ਮਹਾਰਾਜ ਜੀ ਦੇ ਉਸ ਵੇਲੇ। ਬੇਸ਼ੱਕ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਲੱਖਾਂ ਹੀ ਗੁਰੂ ਸਾਹਿਬ ਜੀ ਨੇ ਧਾਰ ਦਿੱਤੇ ਨੇ, ਕਰੋੜਾਂ ਹੀ। ਕਹਿੰਦੇ ਮੇਰੀ ਗੱਲ ਨਹੀਂ ਹੈ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰਹੇ, ਕਰੋੜਾਂ ਹੀ ਅਪਰਾਧੀ ਤਰ ਗਏ। ਗੁਰੂ ਨਾਨਕ ਸਾਹਿਬ ਜੀ ਦੀ ਚਰਨ ਚਰਨ ਦੇ ਵਿੱਚ ਆਉਣ ਵਾਲੇ ਵੱਡੇ ਵੱਡੇ ਰਾਕਸ਼ਸ਼ ਬਿਰਤੀ ਵਾਲੇ ਕਰਮ ਕਾਂਡੀ, ਜਿਹੜੇ ਇਨਸਾਨ ਨੂੰ ਇਨਸਾਨ ਹੀ ਨਹੀਂ ਸਨ ਸਮਝਦੇ, ਜਿਹਨਾਂ ਨੂੰ ਪਸ਼ੂਆਂ ਵਿੱਚ ਤੇ ਪਰਮਾਤਮਾ ਦਿਸਦਾ ਹੈ ਪਰ ਬੰਦੇ ਜਿਹੜੇ ਨੇ ਉਹ ਸ਼ੂਦਰ ਨੇ, ਉਹ ਨੀਚ ਨੇ, ਉਹ ਨੀਵੀਆਂ ਜਾਤਾਂ ਵਾਲੇ ਨੇ, ਉਹ ਨਖਿੱਧ ਨੇ, ਉਹਨਾਂ ਨੂੰ ਆਪਣੇ ਚੌਂਕੇ 'ਤੇ ਨਾ ਚੜ੍ਹਨ ਦਿਓ, ਉਹਨਾਂ ਦੇ ਨਾਲ ਤੁਸੀਂ ਟੱਚ ਕਰ ਲਿਆ ਤਾਂ ਤੁਹਾਡਾ ਧਰਮ ਭ੍ਰਿਸ਼ਟ ਹੋ ਜਾਵੇਗਾ। ਇਹ ਜਿਹੜੇ ਲੋਕ ਸਨ ਇਹ ਹਾਰ ਪਾਉਣ ਵਾਲੇ ਨਹੀਂ ਸਨ ਗੁਰੂ ਨਾਨਕ ਸਾਹਿਬ ਜੀ ਨੂੰ, ਇਹ ਉਹ ਲੋਕ ਸਨ ਜਿਹੜੇ ਗੁਰੂ ਸਾਹਿਬ ਜੀ ਦਾ ਸਖਤ ਵਿਰੋਧ ਕਰਨ ਵਾਲੇ ਸਨ। ਸਤਿਗੁਰੂ ਤੇ ਦਾ ਉਦੇਸ਼ ਸੀ ਨਾ ਕਿ ਗੁਰਮੁਖ ਖੋਜਤ ਭਏ ਉਦਾਸੀ। ਜਦੋਂ ਉਹਨਾਂ ਨੂੰ ਪੁੱਛੀਏ ਵੀ ਤੁਸੀਂ ਇਹ ਘੁੰਮ ਘੁੰਮ ਰਹੇ ਹੋ, ਫਿਰ ਰਹੇ ਹੋ, ਸਾਡਾ ਤੇ ਤੀਰਥ ਨਹਾਈਏ, ਸੁੱਖ ਫਲ ਪਾਈਏ, ਸਾਡਾ ਤੇ ਇਹ ਵਿਚਾਰਧਾਰਾ ਹੈ ਤੀਰਥਾਂ ਤੇ ਜਾਣਾ, ਨਹਾਉਣਾ ਤੇ ਉੱਥੇ ਸੁੱਖ ਫਲ ਪ੍ਰਾਪਤ ਕਰਨੇ, ਪਰ ਤੁਸੀਂ ਕਹਿੰਦੇ ਹੋ ਕਿ ਤੀਰਥ ਨਾਮ ਹੈ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਤੁਸੀਂ ਤੇ ਤੀਰਥਾਂ ਦੇ ਇਸ਼ਨਾਨਾਂ ਨੂੰ ਜਿਹੜਾ ਹੈ ਉਹ ਖਤਮ ਕਰ ਰਹੇ ਹੋ ਵੀ ਇੱਥੇ ਨਹਾ ਕੇ ਤੁਹਾਨੂੰ ਕੁਛ ਨਹੀਂ ਮਿਲਣਾ। ਗੁਰ ਸ਼ਬਦ ਦੇ ਨਾਲ ਜੁੜੋ, ਸਿੱਖਿਆ ਦੇ ਨਾਲ ਜੁੜੋ, ਨਾਮ ਦੇ ਨਾਲ ਜੁੜੋ, ਪਰਮਾਤਮਾ ਦਾ ਨਾਮ ਹੀ ਜਿਹੜਾ ਹੈ ਉਹ ਜਪਣਾ, ਸਿਮਰਨਾ, ਉਸ ਸੱਚੀ ਵਿਚਾਰ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ, ਇਹੀ ਸੱਚਾ ਇਸ਼ਨਾਨ ਹੈ, ਇਹੀ ਸੱਚਾ ਤੀਰਥ ਹੈ। ਤੇ ਫਿਰ ਤੁਸੀਂ ਇਹਨਾਂ ਤੀਰਥਾਂ ਤੇ ਕੀ ਕਰ ਰਹੇ ਹੋ? ਇਹ ਸਤਿਗੁਰੂ ਨੇ ਕਿਹਾ ਸੀ ਗੁਰਮੁਖ ਖੋਜਤ ਭਏ ਉਦਾਸੀ, ਦਰਸ਼ਨ ਕੇ ਤਾਈ ਭੇਖ ਨਿਵਾਸੀ, ਸੱਚ ਵੱਖਰ ਕੇ ਹਮ ਵਣਜਾਰੇ, ਸੱਚ ਦੀ ਭਾਲ ਦੇ ਵਿੱਚ ਨਿਕਲੇ ਹਾਂ। ਕਿਉਂਕਿ ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀਂ ਕਹਿ ਚੜਿਆ, ਇੰਨੀ ਕੂੜ ਦਾ ਪਸਾਰਾ ਸੀ ਉਸ ਵੇਲੇ ਕਿ ਸੱਚ ਦਾ ਚੰਦਰਮਾ ਕਿਤੇ ਨਜ਼ਰ ਨਹੀਂ ਸੀ ਆ ਰਿਹਾ। ਅਗਿਆਨਤਾ ਦੇ ਵਿੱਚ, ਅਗਿਆਨਤਾ ਦੇ ਹਨੇਰੇ ਦੇ ਵਿੱਚ ਠੋਕਰਾਂ ਖਾ ਰਹੇ ਸਨ ਲੋਕ। ਧਾਰਮਿਕ ਆਗੂ ਜਿਹੜੇ ਸਨ ਉਸ ਸਮੇਂ ਦੇ ਅਖੌਤੀ ਧਾਰਮਿਕ ਆਗੂ, ਉਹਨਾਂ ਦੀ ਅਸਲੀਅਤ ਪਾਤਸ਼ਾਹ ਨੇ ਆਪਣੀ ਬਾਣੀ ਦੇ ਵਿੱਚ ਦੱਸੀ। ਕਾਦੀ ਕੂੜ ਬੋਲ ਮੱਲ ਖਾਏ, ਬਾਹਮਣ ਨਹਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤਿੰਨੇ ਉਜਾੜੇ ਕਾ ਬੰਦ। ਜਿਸ ਕਾਜੀ ਨੇ ਰੱਬ ਦੇ ਨਾਲ ਜੋੜਨਾ ਸੀ, ਜਿਸ ਨੇ ਕਹਿਣਾ ਸੀ ਕਿ ਸੱਚਾ ਸੁੱਚਾ ਆਚਰਣ ਬਣਾਓ, ਨਿਆਂ ਕਰੋ ਭਾਈ ਸਭ ਦੇ ਨਾਲ, ਸਭ ਨੂੰ ਕੁਫਰ ਨਾ ਜਾਣੋ, ਇਹਨਾਂ ਵਿੱਚ ਸੱਚਾ ਰੱਬ ਵੱਸਦਾ ਹੈ। ਰੱਬ ਤੇ ਪਰਮੇਸ਼ਰ ਤੇ ਈਮਾਨ ਲਿਆਉਣ ਵਾਲੇ ਜਿਹੜੇ ਨੇ ਉਹਨਾਂ ਵੱਲ ਵੇਖੋ, ਤੇ ਜਿਹੜੇ ਨਹੀਂ ਈਮਾਨ ਲਿਆਉਣ ਵਾਲੇ, ਵਾਹਿਗੁਰੂ ਪਰਮੇਸ਼ਰ ਦੇ ਉੱਪਰ ਤੁਹਾਡਾ ਧਰਮ ਹੈ, ਉਹਨਾਂ ਨੂੰ ਉਸ ਈਮਾਨ ਦੇ ਨਾਲ, ਉਸ ਖੁਦਾ, ਉਸ ਰੱਬ ਦੇ ਨਾਲ ਜੋੜਨਾ, ਆਪਣਾ ਆਚਰਨ ਬਣਾਓ। ਪਰ ਝੂਠ ਬੋਲ ਬੋਲ ਕੇ ਉਹ ਮੈਲ ਖਾ ਰਿਹਾ ਸੀ। ਹੁਣ ਉਹ ਜਿਹੜਾ ਜਿਹਦੇ ਹੱਥ ਦੇ ਵਿੱਚ ਉਸ ਸਮੇਂ ਇਨਸਾਫ ਸੀ, ਜਿਸਨੇ ਜਸਟਿਸ ਕਰਨਾ ਹੈ, ਜਸਟਿਸ ਦਾ ਜਿਹੜਾ ਸੀਗਾ, ਇਨਸਾਫ ਦਾ ਜਿਹੜਾ ਸੀ, ਉਹ ਕਾਜੀ ਦੇ ਕੋਲ ਹੀ ਉਹਨਾਂ ਸਮਿਆਂ ਦੇ ਵਿੱਚ ਸੀ। ਸ਼ਰ੍ਹਾਂ ਦੇ ਅਨੁਸਾਰ ਸ਼ਰ੍ਹਾਂ ਦਾ ਬੋਲਬਾਲਾ ਸੀ, ਪਰ ਇਨਸਾਫ ਕਰਨ ਵਾਲਾ ਜੱਜ ਜਿਹੜਾ ਹੈ, ਜੇ ਉਹ ਹੱਕ ਸੱਚ ਦੇ ਪੱਖ ਵਿੱਚ ਨਿਆਂ ਨਾ ਕਰਦਾ ਹੋਇਆ, ਸਗੋਂ ਝੂਠ ਤੇ ਜਿਹੜੇ ਲੋਕ ਇਸ ਤਰ੍ਹਾਂ ਦੇ ਨੇ, ਰਿਸ਼ਵਤਾਂ ਲੈ ਕੇ, ਧਨ ਲੈ ਕਰਕੇ ਫੈਸਲਾ ਜਿਹੜਾ ਹੈ
ਉਹ ਉਹਨਾਂ ਦੇ ਪੱਖ ਦੇ ਵਿੱਚ ਸੁਣਾ ਦਿੰਦਾ ਹੈ ਤੇ ਉਸ ਜੱਜ ਨੂੰ ਕੀ ਕਹਿ ਸਕੋਗੇ ਤੁਸੀਂ ਕਿ ਉਹ ਜੱਜ ਨਿਆਂ ਕਰਨ ਵਾਲਾ ਹੈ, ਇਨਸਾਫ ਪਸੰਦ ਹੈ। ਇਸੇ ਕਰਕੇ ਸਤਿਗੁਰਾਂ ਨੇ ਇਹ ਸ਼ਬਦ ਵਰਤੇ ਸਨ, ਕਾਦੀ ਕੂੜ ਬੋਲ ਮੱਲ ਖਾਏ, ਕੂੜ ਬੋਲ ਬੋਲ ਕੇ ਮੈਲ ਖਾ ਰਿਹਾ ਸੀ, ਕਾਦੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ, ਵੱਡੀ ਜ਼ੋਰਾਂ 'ਤੇ ਸੀ। ਵੱਡੀ ਦਾ ਮਤਲਬ ਸਮਝਦੇ ਹੋ ਪੰਜਾਬੀ ਦੇ ਵਿੱਚ? ਰਿਸ਼ਵਤ ਲੈਣੀ, ਜਿਹਨੂੰ ਅੱਜ ਕੱਲ੍ਹ ਕਮਿਸ਼ਨ ਕਹਿੰਦੇ ਨੇ। ਵੱਡੀ ਲੈ ਕੇ ਹੱਕ ਗਵਾਏ, ਵੱਡੀ ਲੈ ਕਰਕੇ ਤੇ ਹੱਕ ਜਿਹੜਾ ਸੀ ਕਿਸੇ ਦਾ ਬਣਦਾ ਉਹਨੂੰ ਖਤਮ ਕਰ ਦਿੰਦਾ ਸੀ, ਉਹ ਦੂਜਾ ਜਿਹੜਾ ਵਿਰੋਧੀ ਸੀ ਉਹਦੇ ਹੱਕ ਦੇ ਵਿੱਚ ਫੈਸਲਾ ਦੇ ਦਿੰਦਾ ਸੀ। ਜੇ ਕੋਈ ਗਰੀਬ ਹੱਥ ਜੋੜਦਾ ਜੀ ਮੇਰੇ ਨਾਲ ਬੇਇਨਸਾਫੀ ਹੋਈ ਹੈ, ਮੇਰੇ ਨਾਲ ਨਿਆਂ ਨਹੀਂ ਕੀਤਾ ਗਿਆ, ਬੇਇਨਸਾਫੀ ਹੋਈ ਹੈ, ਤੇ ਉਹਨੂੰ ਲਾਲ ਕਿਤਾਬ ਖੋਲ੍ਹ ਕੇ ਸੁਣਾ ਦਿੱਤਾ ਜਾਂਦਾ, ਪੜ੍ਹ ਕੇ ਸੁਣਾ ਦਿੱਤਾ ਜਾਂਦਾ ਕਿ ਧਰਮ ਇਹੀ ਆਖਦਾ ਹੈ, ਕਾਨੂੰਨ ਇਹੀ ਆਖਦਾ ਹੈ, ਆਹ ਵੇਖੋ ਲਿਖਿਆ ਹੋਇਆ ਹੈ। ਇਹ ਕਹਿ ਕੇ ਚੁੱਪ ਕਰਾ ਦਿੱਤਾ ਜਾਂਦਾ ਕਿ ਮੈਂ ਕੁਝ ਗਲਤ ਨਹੀਂ ਕੀਤਾ, ਜੇ ਕੋ ਪੁੱਛੇ ਤਾਂ ਪੜ੍ਹ ਸੁਣਾਏ, ਜੇ ਕੋਈ ਪੁੱਛਦਾ ਤੇ ਪੜ੍ਹ ਕੇ ਸੁਣਾ ਦਿੱਤਾ ਜਾਂਦਾ। ਇੱਦਾਂ ਦਾ ਜਿਹੜਾ ਸਮਾਂ ਸੀ, ਹੁਣ ਤੁਸੀਂ ਹਿਸਾਬ ਲਾਓ ਕਿ ਉਹ ਜਿਹੜੇ ਇਸ ਤਰ੍ਹਾਂ ਦੀ ਬੇਇਨਸਾਫੀ ਕਰਨ ਵਾਲੇ ਸਨ, ਜਿਹੜੇ ਕਾਨੂੰਨ ਦੇ ਵਿੱਚ ਨਿਆਂ ਦੇ ਵਿੱਚ ਉਲਾਰ ਰੱਖਣ ਵਾਲੇ ਸਨ, ਅੱਜ ਵੀ ਸਾਡੇ ਵਿੱਚ ਬਹੁਤ ਸਾਰੇ ਨੇ ਇੱਦਾਂ ਦੇ ਕਾਜ਼ੀ, ਇੱਦਾਂ ਦੇ ਜੱਜ ਬਹੁਤ ਸਾਰੇ ਨੇ ਜਿਹੜੇ ਬਹੁਤੀ ਗਿਣਤੀ ਵੇਖ ਕੇ ਫੈਸਲਾ ਸੁਣਾਉਂਦੇ ਨੇ, ਜਿਨ੍ਹਾਂ ਦੇ ਉੱਪਰ ਗੌਰਮੈਂਟਾਂ ਦਾ ਦਬਾਅ ਹੈ। ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਵੀ ਵੱਡੀ ਵੱਡੀਆਂ ਇੰਨੀਆਂ ਜਿਹੜੀਆਂ ਸਨ ਸਰਕਾਰਾਂ, ਜਿਹੜੀਆਂ ਸਨ ਹਕੂਮਤਾਂ ਸਨ, ਬੜੇ ਦਬਾਅ ਸਨ, ਪਰ ਹਜ਼ੂਰ ਨੇ ਜਿਹੜੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਾਣੀ ਲਿਖੀ ਨਾ, ਆਪਣੀ ਵਾਰ ਲਿਖੀ ਪਾਤਸ਼ਾਹ ਜੀ ਦੀ, ਕਿ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ, ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਵਾ। ਉੱਥੇ ਇੱਕ ਸ਼ਬਦ ਲਿਖਿਆ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ, ਨਾ ਧੀਰ ਤਰੋਵਾ। ਕਹਿੰਦੇ ਜਿਸ ਤਰ੍ਹਾਂ ਹਨੇਰਾ ਹੋਵੇ ਤੇ ਜਦੋਂ ਸੂਰਜ ਚੜ੍ਹ ਜਾਵੇ ਤੇ ਹਨੇਰਾ ਮੁੱਕ ਜਾਂਦਾ ਹੈ, ਚਾਨਣ ਹੁੰਦਾ ਹੈ, ਹਨੇਰੇ ਨੂੰ ਚਾਨਣ ਖਾ ਜਾਂਦਾ ਹੈ। ਕਹਿੰਦੇ ਜਿਵੇਂ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜਗਤ ਦੇ ਵਿੱਚ ਪ੍ਰਗਟ ਹੋਏ ਨੇ, ਜਿਸ ਤਰ੍ਹਾਂ ਦੇ ਨਾਲ ਜੰਗਲ ਦੇ ਵਿੱਚ ਜੰਗਲ ਰਾਜ ਹੋਵੇ, ਇਸੇ ਤਰ੍ਹਾਂ ਸ਼ੀ ਖੋਰ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ, ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ, ਘਾਓ ਰੱਤ ਪਿੱਤ ਕੁੱਤੇ ਹੋ ਚੱਟ ਜਾਓ। ਇਹ ਹਾਲ ਸੀ, ਉਲਟੀ ਵਾੜ ਖੇਤ ਕੋ ਖਾਏ। ਹੁਣ ਇਹੋ ਜਿਹਾ ਸਮਾਂ ਉਸ ਸਮੇਂ ਦੇ ਵਿੱਚ ਜੰਗਲ ਦੇ ਵਿੱਚ ਜਦੋਂ ਸ਼ੇਰ ਦਹਾੜਦਾ ਹੈ ਨਾ, ਤੇ ਉਸ ਦਹਾੜ ਨੂੰ ਸੁਣ ਕਰਕੇ, ਉਸ ਸਿੰਘ ਗਰਜ ਨੂੰ ਸੁਣ ਕੇ, ਸ਼ੇਰ ਦੀ ਆਵਾਜ਼ ਨੂੰ ਸੁਣ ਕਰਕੇ, ਜਿੰਨੇ ਛੋਟੇ ਮੋਟੇ ਹਿਰਨਾਂ ਦੀ ਮਿਰਗਾਵਲੀ ਦੀ ਜਿਹੜੀ ਡਾਰ ਹੈ ਨਾ, ਉਹ ਛੂ ਮੰਤਰ ਹੋ ਜਾਂਦੀ, ਭੱਜ ਜਾਂਦੀ ਹੈ, ਟਿਕਦਾ ਨਹੀਂ ਕੋਈ ਵੀ ਸ਼ੇਰ ਦੀ ਆਵਾਜ਼ ਦੇ ਅੱਗੇ, ਆਵਾਜ਼ ਹੀ ਸੁਣ ਕਰਕੇ। ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਉਪਦੇਸ਼ ਸੀ ਨਾ, ਜਿਹੜੀ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਇਹ ਸਿੰਘ ਦੀ ਆਵਾਜ਼ ਸੀ, ਗਰਜ ਸੀ। ਹੁਣ ਇਹ ਇਸ ਗਰਜ ਦੇ ਅੱਗੇ ਕਿਹੜਾ ਟਿਕ ਸਕਦਾ ਸੀ? ਉਹ ਜਿਹੜੇ ਰਿਸ਼ਵਤਾਂ ਲੈਣ ਵਾਲੇ ਸਨ, ਜਦੋਂ ਉਹਨਾਂ ਨੂੰ ਇਹ ਗਰਜ ਸੁਣਾਈ ਦਿੱਤੀ, ਤੇ ਤੁਸੀਂ ਹਿਸਾਬ ਲਾਓ ਵੀ ਉਹ ਜਿਹੜੇ ਲੋਕ ਇਹ ਕਰਮ ਕਰਨ ਵਾਲੇ ਸਨ, ਉਹ ਗੁਰੂ ਸਾਹਿਬ ਦਾ ਅਦਬ ਕਰਦੇ, ਸਤਿਕਾਰ ਕਰਦੇ, ਨਿੰਦਾ ਕਰਦੇ ਸਨ? ਕਾਦੀ ਕੂੜ ਬੋਲ ਮੱਲ ਖਾਏ, ਬਾਹਮਣ ਨਾਵੇ ਜੀਆਂ ਕਾਏ। ਜਿਨ੍ਹਾਂ ਬ੍ਰਾਹਮਣਾਂ ਦਾ, ਪੁਰੋਹਿਤਾਂ ਦਾ ਅਕਰਮ ਕਾਂਡ ਜਿਹੜੇ ਨੇ, ਜਨਮ ਤੋਂ ਲੈ ਕਰਕੇ ਅੰਤ ਤੱਕ, ਅੰਤ ਤੋਂ ਬਾਅਦ ਵੀ ਖਤਮ ਨਹੀਂ ਹੁੰਦੇ, ਇੰਨੇ ਕਰਮ ਕਾਂਡ ਵਿਚਾਰੇ ਮਨੁੱਖ ਦੇ ਉੱਪਰ ਥੋਪ ਦਿੱਤੇ ਗਏ ਸਨ। ਜਿਉਂਦੇ ਜੀ ਤਾਂ ਇਹਨਾਂ ਕਰਮਾਂ ਕਾਂਡਾਂ ਨੂੰ ਕਰਦਾ ਹੀ ਰਹਿੰਦਾ ਸੀ, ਮਰਨ ਤੋਂ ਬਾਅਦ ਵੀ ਨਹੀਂ ਸਨ ਮੁੱਕਦੇ। ਅਸਰਾਧ ਜਿਹੜੇ ਨੇ ਇਹ ਮਰਨ ਤੋਂ ਬਾਅਦ ਵਾਲੇ ਕਰਮ ਕਾਂਡ ਹੀ ਨੇ। ਜੀਵਤ ਪਿੱਤਰ ਨ ਮਾਨੇ ਕਹੁ, ਮੂਹੇ ਸਰਾਧ ਕਰਾਹੀ, ਪਿੱਤਰ ਵੀ ਬੱਪਰੇ ਕਹੁ ਕਿਉ ਪਾਵੇ, ਕਹੁਆ ਕੂਕਰ ਖਾਹੀ। ਹੁਣ ਪਾਤਸ਼ਾਹ ਨੇ ਬਾਣੀ ਦੇ ਵਿੱਚ ਉਪਦੇਸ਼, ਇਹ ਜਿਹੜੀ ਸਿੰਘ ਗਰਜ ਬਾਣੀ ਹੈ,
ਇਹ ਗੁਰੂ ਨਾਨਕ ਸਾਹਿਬ ਜੀ ਦੇ ਬੋਲ ਜਿਹੜੇ ਨੇ, ਸ਼ਬਦ ਜਿਹੜੇ ਨੇ, ਇਹਨਾਂ ਸ਼ਬਦਾਂ ਵਿੱਚ ਵੰਗਾਰ ਸੀ ਉਹਨਾਂ ਲੋਕਾਂ ਨੂੰ ਜਿਹੜੇ ਗਰੀਬ ਜਨਤਾ ਦੇ ਕਲੇਜੇ ਘਾਉ ਕਰਕੇ ਉਹਨਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਖਾ ਰਹੇ ਸਨ, ਵਿਹਲੇ ਬੈਠੇ ਲੁੱਟ ਰਹੇ ਸਨ, ਤੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਵੰਗਾਰ ਪਾ ਦਿੱਤੀ। ਹੁਣ ਉਹ ਲੋਕ ਜਿਨ੍ਹਾਂ ਦੀਆਂ ਦੁਕਾਨਦਾਰੀਆਂ ਪਖੰਡ ਦੀਆਂ ਕਰਮ ਕਾਂਡਾਂ ਦੀਆਂ ਜਿਹੜੀਆਂ ਸਨ, ਉਹਨਾਂ ਦੀ ਸੱਚਾਈ ਲੋਕ ਜਾਣਨ ਲੱਗ ਪੈਣ ਤੇ ਕਿਹੜਾ ਉਹਨਾਂ ਦੁਕਾਨਾਂ ਤੇ ਜਾਵੇ। ਜਦੋਂ ਕਿਸੇ ਦੇ ਪਖੰਡ ਦੀ ਸੋਝੀ ਪੈ ਜਾਂਦੀ ਏ, ਕੋਈ ਵੀ ਪਖੰਡੀ ਪਖੰਡ ਕਰ ਰਿਹਾ ਹੋਵੇ, ਧਰਮ ਦਾ ਭੇਖ ਬਣਾ ਕਰਕੇ ਲੋਕਾਂ ਨੂੰ ਲੁੱਟ ਰਿਹਾ ਹੋਵੇ, ਜਦੋਂ ਉਹਦੀ ਅਸਲੀਅਤ ਲੋਕ ਸਮਝਣ ਲੱਗ ਪੈਣ ਤਾਂ ਫਿਰ ਉਹ ਦੁਕਾਨਾਂ ਬੰਦ ਹੋ ਜਾਂਦੀਆਂ ਨੇ। ਇਹ ਵੱਖਰੀ ਗੱਲ ਹੈ ਕਿ ਅੱਜ ਲੋਕ ਐਸੇ ਅੰਧ ਭਗਤ ਬਣੇ ਹੋਏ ਹਨ ਜਿਨ੍ਹਾਂ ਨੂੰ ਸਮਝ ਨਹੀਂ ਪੈ ਰਹੀ, ਜਾਣਦੇ ਬੁੱਝਦੇ ਹੋਏ ਵੀ ਇਹੋ ਜਿਹੇ ਪਖੰਡੀਆਂ ਦੇ ਕਰਮਾਂ ਕਾਂਡਾਂ ਦੇ ਵਿੱਚ ਫਸੇ ਪਏ ਹਨ। ਪਰ ਜਿਹੜੇ ਉਹ ਕਰਨ ਵਾਲੇ ਸਨ, ਉਹਨਾਂ ਨੂੰ ਪਤਾ ਸੀ ਕਿ ਇਹ ਆਵਾਜ਼ ਜਿਉਂ ਜਿਉਂ ਉੱਚੀ ਹੁੰਦੀ ਗਈ, ਜਿਉਂ ਜਿਉਂ ਇਹ ਪੱਸਰਦੀ ਗਈ, ਜਿਉਂ ਜਿਉਂ ਇਸ ਆਵਾਜ਼ ਦਾ ਬੋਲਬਾਲਾ ਪਸਾਰਾ ਹੁੰਦਾ ਗਿਆ, ਇੱਕ ਦਿਨ ਇਹ ਸਾਡਾ ਜਿਹੜਾ ਹਲਵਾ ਮੰਡਾ ਇਹ ਸਭ ਬੰਦ ਹੋ ਜਾਵੇਗਾ। ਜਿਹੜਾ ਉਹ ਪਾਤਸ਼ਾਹ ਨੇ ਇਹ ਕਿਹਾ ਨਾ ਕਿ ਬਾਹਮਣ ਨਾਵੈ ਜੀਆਂ ਘਾਏ, ਬਾਹਮਣ ਜੀਵਾਂ ਦਾ ਘਾਓ ਕਰ ਰਿਹਾ ਸੀ, ਉਹਨਾਂ ਦੇ ਖੂਨ ਦੇ ਵਿੱਚ ਨਹਾ ਰਿਹਾ ਸੀ। ਵੇਖੋ ਕਿੱਡਾ ਵੱਡਾ ਸ਼ਬਦ ਵਰਤਿਆ, ਜੀਆਂ ਘਾਏ, ਜੀਵਾਂ ਦਾ ਘਾਣ ਕਰਕੇ ਉਹਨਾਂ ਦੇ ਖੂਨ ਦੇ ਵਿੱਚ ਨਹਾਉਣਾ, ਨਾਵੇ ਦਾ ਮਤਲਬ ਨਹਾਉਣਾ, ਉਹਨਾਂ ਦੀ ਖੂਨ ਪਸੀਨੇ ਦੀ ਕਮਾਈ ਜਿਹੜੀ ਏ ਉਹ ਲੈ ਲੈਣੀ ਦਾਨ ਦੇ ਰੂਪ ਦੇ ਵਿੱਚ ਜਾਂ ਕਿਸੇ ਹੋਰ ਰੂਪ ਦੇ ਵਿੱਚ ਉਹਨਾਂ ਦੇ ਕੋਲੋਂ। ਉਹ ਸਾਰਾ ਸਾਰਾ ਦਿਨ ਮਰਦੇ ਖਪਦੇ ਰਹਿਣ, ਬੱਚੇ ਉਹਨਾਂ ਦੇ ਭੁੱਖੇ ਰਹਿਣ, ਪਰ ਕਰਮ ਕਾਂਡ ਕਰਨਾ ਜ਼ਰੂਰੀ ਹੈ। ਸੂਤਕ, ਪਾਤਕ ਆਦਿਕ ਬੜੇ ਕਰਮ ਕਾਂਡ ਸਨ, ਇਹ ਤੁਸੀਂ ਪੜ੍ਹਨਾ ਵਿਚਾਰਨਾ, ਕਿਉਂਕਿ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਪੁਰਬ ਹੈ, ਅਤੇ ਉਸ ਇਸ ਪੁਰਬ ਦੇ ਉੱਪਰ ਮੈਂ ਤਾਂ ਇਹੀ ਬੇਨਤੀ ਕਰਦਾ, ਕੋਈ ਵੀ ਪੁਰਬ ਹੋਵੇ ਜਿਸ ਸਤਿਗੁਰੂ ਦੀ ਯਾਦ ਵਿੱਚ ਜੁੜੇ ਬੈਠੇ ਹਾਂ, ਉਹਦੀ ਸਿੱਖਿਆ, ਉਹਦੇ ਉਪਦੇਸ਼ ਨੂੰ ਜਿਹੜਾ ਹੈ ਇਹ ਘੋਖਣਾ ਪੜਤਾਲਣਾ ਚਾਹੀਦਾ ਹੈ, ਤਾਂ ਹੀ ਸਾਡਾ ਪੁਰਬ ਮਨਾਉਣ ਦਾ ਜਿਹੜਾ ਹੈ ਉਹ ਮਕਸਦ ਸਫਲ ਹੋ ਸਕਦਾ ਹੈ। ਮਹਾਰਾਜ ਨੇ ਇਹ ਬਚਨ ਕਹੇ। ਹੁਣ ਉਹ ਜਿਹਦੀ ਦੁਕਾਨਦਾਰੀ ਬੰਦ ਹੋ ਰਹੀ ਹੈ, ਜਿਹਦੇ ਬਣਾਏ ਹੋਏ, ਸਦੀਆਂ ਤੋਂ ਬਣਾਏ ਹੋਏ ਭਰਮ ਜਾਲ ਨੂੰ, ਜਿਹੜਾ ਜੂਲਾ, ਜਿਹੜਾ ਬ੍ਰਾਹਮਣਵਾਦ ਦਾ ਜੂਲਾ ਸੀ ਮਨੁੱਖਤਾ ਦੇ ਉੱਪਰ, ਜਿਸ ਵਿਪਰ ਨੇ ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼, ਚੌ ਵਰਨਾ ਦੇ ਵਿੱਚ ਸਮਾਜ ਨੂੰ ਵੰਡ ਕੇ ਖੇਰੂ ਖੇਰੂ ਕਰ ਦਿੱਤਾ, ਊਚ ਨੀਚ ਦੀ ਭਾਵਨਾ ਜਿਸ ਨੇ ਪੈਦਾ ਕਰ ਦਿੱਤੀ, ਜਿਹੜਾ ਜਨੇਊ ਊਚ ਨੀਚ ਦੀ ਭਾਵਨਾ ਪੈਦਾ ਕਰਨ ਵਾਲਾ, ਵੰਡੀਆਂ ਪਾਉਣ ਵਾਲਾ ਸੀ, ਯਾਦ ਰੱਖਿਓ ਗੁਰੂ ਨਾਨਕ ਸਾਹਿਬ ਜੀ ਨੇ ਇਸੇ ਕਰਕੇ ਉਸਨੂੰ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਜਦੋਂ ਪਾਉਣ ਲੱਗੇ ਸੀ ਨਾ 9 ਸਾਲ ਦੀ ਉਮਰ ਦੇ ਵਿੱਚ, ਤੇ ਇਹ ਸਾਖੀ ਤੁਸੀਂ ਸੁਣਦੇ ਹੋ, ਕਿਉਂ ਇਨਕਾਰ ਕਰ ਦਿੱਤਾ? ਕਦੀ ਇਹ ਸੋਚਿਆ ਕਿ ਪਹਿਲਾਂ ਦੀ ਤਰ੍ਹਾਂ ਜਿਵੇਂ ਪਹਿਲਾਂ ਚੱਲਦਾ ਆ ਰਿਹਾ ਸੀ ਜੋ ਕੁਝ, ਉਸਨੂੰ ਐਜ਼ ਇਟ ਇਜ਼ ਕਿਉਂ ਨਹੀਂ ਲਿਆ ਉਹਨਾਂ ਨੇ? ਕਿਉਂ ਚੈਲੰਜ ਕੀਤਾ? ਕਿਉਂ ਚੁਣੌਤੀ ਦਿੱਤੀ? ਕਿਉਂ ਹਰਦਿਆਲ ਜੀ ਨੂੰ ਆਖਿਆ ਕਿ ਪੰਡਿਤ ਜੀ, ਜੇ ਦਇਆ ਦੀ ਕਪਾਹ ਵਾਲਾ, ਦਇਆ ਕਪਾਹ, ਇਹ ਦਇਆ ਸ਼ਬਦ ਕਿਉਂ ਵਰਤਣਾ ਪਿਆ? ਕਿਉਂਕਿ ਜਿੱਥੇ ਦਇਆ ਹੁੰਦੀ ਹੈ ਉੱਥੇ ਬ੍ਰਾਹਮਣ, ਖੱਤਰੀ, ਊਚ ਨੀਚ ਨਹੀਂ ਹੁੰਦਾ, ਉੱਥੇ ਛੋਟਾ ਵੱਡਾ ਨਹੀਂ ਹੁੰਦਾ, ਉੱਥੇ ਸਭ ਮਨੁੱਖ ਨਜ਼ਰ ਆਉਂਦੇ ਨੇ, ਉੱਥੇ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ, ਉੱਥੇ ਸਾਰਿਆਂ ਵਿੱਚ ਰੱਬੀ ਜੋਤ ਦਿਸਦੀ ਹੈ। ਤੇ ਜਿੱਥੇ ਇਹ ਭਾਵ ਨਾ ਹੋਵੇ, ਦਇਆ ਨਾ ਹੋਵੇ, ਉੱਥੇ ਬ੍ਰਾਹਮਣ ਦਿਸਦਾ ਹੈ, ਖੱਤਰੀ ਦਿਸਦਾ ਹੈ, ਇਹ ਚਮਾਰ ਹੈ, ਇਹ ਜੱਟ ਹੈ, ਇਹ ਪਾਪਾ ਹੈ, ਇਹ ਫਲਾਨਾ ਹੈ, ਉੱਥੇ ਇਹ ਨਜ਼ਰ ਆਉਂਦਾ ਹੈ, ਜਾਤਾਂ ਪਾਤਾਂ ਉੱਥੇ ਨਜ਼ਰ ਆਉਂਦੀਆਂ ਨੇ ਜਿੱਥੇ ਦਇਆ ਨਹੀਂ। ਸਮਝਿਓ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂੰ, ਸਿੱਖਿਆ ਨੂੰ, ਜਿੱਥੇ ਦਇਆ ਹੈ ਉੱਥੇ ਇਹ ਮਿਟ ਜਾਣਗੇ, ਖਤਮ ਹੋ ਜਾਣਗੇ, ਜਿੱਥੇ ਨਹੀਂ ਦਇਆ। ਇਸੇ ਕਰਕੇ ਹੀ ਦਇਆ ਜਿਹੜਾ ਧਰਮ ਦਾ ਮੂਲ ਹੈ।
ਤੇ ਮਹਾਰਾਜ ਨੇ ਕਿਹਾ ਦਇਆ ਕਪਾਹ ਸੰਤੋਖ ਸੂਤ, ਦਇਆ ਦੀ ਕਪਾਹ ਵਾਲਾ ਹੈ ਹੀ ਜਨੇਊ ਤੇਰੇ ਕੋਲ? ਜਿੱਥੇ ਦਇਆ ਹੋਵੇ ਸੰਤੋਖ ਸੂਤ, ਜਿੱਥੇ ਸੰਤੋਖ ਦਾ ਸੂਤਰ ਹੋਵੇ, ਜੱਤ ਗੰਢੀ ਜਿਹਨੂੰ ਜੱਤ ਦੀਆਂ ਗੰਢਾਂ ਦਿੱਤੀਆਂ ਹੋਣ, ਉੱਚੇ ਸੁੱਚੇ ਆਚਰਣ ਦੀਆਂ, ਉੱਚੇ ਸੁੱਚੇ ਆਚਰਣ ਦੀਆਂ। ਇਹ ਨਹੀਂ ਵੀ ਡੇਰਾ ਬਣਾ ਲਿਆ ਤੇ ਮੁੜ ਕੇ ਬੀਬੀਆਂ ਭੈਣਾਂ ਦੀਆਂ ਬੇਪਤੀਆਂ ਕਰਦਾ ਰਹੇ ਬੈਠ ਕੇ ਉੱਥੇ। ਇਹੋ ਜਿਹੇ ਗੁਰੂ ਨਾਨਕ ਸਾਹਿਬ ਜੀ ਨੇ ਨਹੀਂ ਸੀ ਸਿੱਖ ਸੰਤ ਪੈਦਾ ਕੀਤੇ, ਆਚਰਨ ਵਾਲੇ, ਜੱਤ ਵਾਲੇ, ਆ ਉੱਚੇ ਸੁੱਚੇ ਆਚਰਨ ਵਾਲੇ। ਅਸੀਂ ਤੇ ਸਿਰਫ ਚੋਲਿਆਂ ਨੂੰ ਵੇਖ ਕਰਕੇ ਉਹਨਾਂ ਨੂੰ ਕਵਰ ਕਰਨ ਤੁਰ ਪਈਏ। ਨਹੀਂ, ਉਹ ਸਿੱਖ ਨਹੀਂ ਜੇ, ਸਿੱਖ ਉਹ ਹੈ ਗੁਰੂ ਨਾਨਕ ਸਾਹਿਬ ਜੀ ਦਾ, ਜਿਹੜਾ ਇਹੋ ਜੇ ਆਚਰਨਹੀਣ ਬੰਦੇ, ਜਿਹੜੇ ਸਮਾਜ ਦੇ ਵਿੱਚ ਇਹੋ ਜੀ ਜਗ੍ਹਾ ਧਰਮ ਦਾ ਜਿਹੜਾ ਚੋਗਾ ਪਾ ਕੇ ਬੈਠੇ ਹੋਣ, ਅੰਦਰ ਜਿਹੜੇ ਨੇ ਕਰਮ ਉਹਨਾਂ ਦੇ ਬਗਲਿਆਂ ਵਾਲੇ ਹੋਣ, ਚਿੱਟੇ ਚ ਕੱਪੜੇ ਹੋਣ ਪਰ ਕੰਮ ਬਗਲਿਆਂ ਵਾਲੇ ਹੋਣ, ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ। ਤੇ ਨਾ ਹੀ ਸੱਚੇ ਪਾਤਸ਼ਾਹ ਜੀ ਨੇ ਉਹ ਇਹੋ ਜਿਹੇ ਬੰਦੇ ਜਿਹੜੇ ਨੇ ਉਹਨਾਂ ਨੂੰ ਕੋਈ ਪ੍ਰਮੋਟ ਕੀਤਾ ਹੈ, ਬਲਕਿ ਉਹਨਾਂ ਦੇ ਇਸ ਆਚਰਣ ਨੂੰ ਲੋਕਾਂ ਦੇ ਸਾਹਮਣੇ ਰੱਖ ਕੇ ਸੁਚੇਤ ਕੀਤਾ ਹੈ ਲੋਕਾਂ ਨੂੰ, ਵੀ ਬਚ ਕੇ ਰਹੋ ਇਹਨਾਂ ਬਗਲਿਆਂ ਤੋਂ। ਬੱਗਾਂ ਬੱਗੇ ਕੱਪੜੇ, ਤੀਰਥ ਮੰਝ ਵਸੰਨ, ਘੁੱਟ ਘੁੱਟ ਜੀਆਂ ਖਾਵਣੇ, ਬੱਗੇ ਨਾ ਕਹੀਆਂ ਨਾ। ਇਹ ਜਿਹੜੇ ਪਖੰਡ ਦੇ ਥਾਂ ਬਣਾ ਕਰਕੇ ਬੈਠੇ ਹੋਏ ਨੇ ਧਰਮ ਦੇ ਨਾਮ ਦੇ ਉੱਪਰ, ਲੋਕਾਂ ਦੀਆਂ ਬੀਬੀਆਂ ਦੀਆਂ ਭੈਣਾਂ ਦੀਆਂ ਮਾਵਾਂ ਦੀਆਂ ਬੇਪਤੀਆਂ ਕਰਨ ਵਾਲੇ ਨੇ, ਪਛਾਣ ਲਓ ਇਹਨਾਂ ਨੂੰ, ਸੁਚੇਤ ਰਹੋ। ਇਸੇ ਕਰਕੇ ਨਾਮ ਦੇ ਨਾਲ ਜੋੜਿਆ, ਸ਼ਬਦ ਦੇ ਨਾਲ ਜੋੜਿਆ, ਬੰਦਿਆਂ ਦੇ ਨਾਲ ਨਹੀਂ ਜੋੜਿਆ, ਵਿਅਕਤੀ ਵਿਸ਼ੇਸ਼। ਦਸਾਂ ਪਾਤਸ਼ਾਹੀਆਂ ਦਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਪੜ੍ਹ ਲਓ। ਹਾਂ, ਇਹ ਤੇ ਕਿਹਾ ਸੰਗਤ ਕਰੀਏ ਸਾਧਕੀ, ਉੱਚੇ ਆਚਰਨ ਵਾਲੇ ਦੀ ਸੰਗਤ, ਗੈਰ ਇਖਲਾਕੀ ਦੀ ਸੰਗਤ ਨਹੀਂ। ਕਿਉਂਕਿ ਜਿਹੜਾ ਗੈਰ ਇਖਲਾਕੀ ਏ ਉਹ ਆਪ ਤੁਹਾਡੇ ਗੁਰੂ ਦੀ ਮਹਿਮਾ ਨੂੰ ਘਟਾਉਣ ਵਾਲਾ ਹੈ, ਵਧਾਉਣ ਵਾਲਾ ਨਹੀਂ ਹੈ। ਮਤ ਸੋਚੀਏ ਕਿ ਉਹਦੇ ਵਸਤਰ ਕੱਪੜੇ ਜਾਂ ਉਹਦਾ ਠਾਠ ਬਾਠ ਜਿਹੜਾ ਹੈ ਉਹ ਕੋਈ ਗੁਰੂ ਦੀ ਮਹਿਮਾ ਨੂੰ ਵਧਾਏਗਾ ਘਟਾਏਗਾ, ਸਗੋਂ ਇਹੋ ਜਿਹਾ ਬੰਦਾ। ਇਸ ਕਰਕੇ ਮਹਾਰਾਜ ਨੇ ਆਖਿਆ ਜੱਤ ਦੀਆਂ ਗੰਢਾਂ ਵਾਲਾ ਜੇ ਜਨੇਊ ਹੈ, ਜੱਤ ਦਾ ਮਤਲਬ ਉੱਚਾ ਆਚਰਣ, ਕਰੈਕਟਰ, ਸੱਤ ਵੱਟ, ਸੱਤ ਦੇ ਵੱਟ ਜਿਹਨੂੰ ਦਿੱਤੇ ਹੋਣ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ, ਇਹ ਜਨੇਊ ਹੈ ਜੀ ਦਾ, ਆਤਮੇ ਦਾ, ਜੇ ਤੇਰੇ ਕੋਲ ਹੈ ਤੇ ਪਾ ਦੇ ਮੇਰੇ ਗੱਲ ਦੇ ਵਿੱਚ। ਇਹ ਬੜਾ ਵੱਡਾ ਵਿਪਰ ਨੂੰ ਉਸ ਵੇਲੇ ਚੈਲੰਜ ਸੀ ਉਹਦੇ ਵਾਸਤੇ, ਵੰਗਾਰ ਸੀ ਵਿਪਰ ਦੇ ਵਾਸਤੇ, ਉਹਦੇ ਪਖੰਡ ਦੇ, ਉਹ ਜਿਹੜਾ ਲੋਕਾਂ ਨੂੰ ਜਿਹੜਾ ਸੀ ਮੂਰਖ ਬਣਾ ਰਿਹਾ ਸੀ, ਕਰਮ ਕਾਂਡਾਂ ਦੇ ਵਿੱਚ ਫਸਾ ਰਿਹਾ ਸੀ, ਊਚ ਨੀਚ ਦਾ ਭਾਵ ਜਿਹੜਾ ਸੀ ਲੈ ਕਰਕੇ ਸਮਾਜ ਦੇ ਵਿੱਚ ਵਖਰੇਵੇ ਪੈਦਾ ਕਰ ਰਿਹਾ ਸੀ, ਉਸ ਨੂੰ ਵੰਗਾਰ ਸੀ ਗੁਰੂ ਬਾਬੇ। ਹੁਣ ਇਹ ਵੰਗਾਰ ਨੂੰ ਸੁਣ ਕਰਕੇ ਵਿਪਰ ਚੁੱਪ ਰਹਿਣ ਵਾਲਾ ਸੀ, ਉਹਨੇ ਬੜੀ ਨਿੰਦਾ ਕੀਤੀ। ਉਸ ਨੇ ਤਾਂ ਗੁਰੂ ਬਾਬੇ ਦੇ ਪਰਿਵਾਰ ਦੇ ਵਿੱਚੋਂ ਵੀ ਜਾ ਕੇ ਸੇਧ ਲਾਉਣ ਦੀ ਕੋਸ਼ਿਸ਼ ਕੀਤੀ। ਮਾਫ ਕਰਨਾ ਮੈਨੂੰ, ਤੁਸੀਂ ਫੋਟੋਆਂ ਦੇਖੋਗੇ ਗੁਰੂ ਪੁੱਤਰਾਂ ਦੀਆਂ, ਜਨੇਊ ਪਾਏ ਨੇ। ਜਿਹੜਾ ਗੁਰੂ ਆਖਦਾ ਹੈ ਹਈ ਤਾਂ ਪਾਂਡੇ ਘੱਤ, ਉਹਦੀਆਂ ਫੋਟੋਆਂ ਪ੍ਰਚਾਰ ਦਈਏ ਅਸੀਂ ਉਹਦੇ ਗੱਲ ਦੇ ਵਿੱਚ, ਉਹੀ ਜਨੇਊ ਪਾ ਕਰਕੇ। ਮਾਫ ਕਰਨਾ, ਉਹ ਕੀ ਏ, ਉਸਨੇ ਦੇਖ ਲਿਆ ਸੀ ਕਿ ਇਹ ਵਿਚਾਰਧਾਰਾ ਜਿਹੜੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਦੀ, ਇਹ ਮੇਰੇ ਵਿਪਰਵਾਦ ਨੂੰ ਮਲੀਆ ਮੇਟ ਕਰਕੇ ਰੱਖ ਦੇਵੇਗੀ, ਖਤਮ ਕਰਕੇ ਰੱਖ ਦੇਵੇਗੀ। ਜੇ ਮੈਂ ਅੱਜ ਨਾ ਇਸ ਦੇ ਵਿਰੁੱਧ ਤੁਰਿਆ ਤੇ ਫਿਰ ਹੋਰ ਸਮਾਂ ਨਹੀਂ ਹੈ। ਇਹ ਜਦੋਂ ਵਿਚਾਰਧਾਰਾ ਗੁਰੂ ਸਾਹਿਬ ਜੀ ਦੀ ਚੱਲੀ ਸੀ, ਉਦੋਂ ਹੀ ਵਿਪਰ ਨੇ ਜਿਹੜਾ ਸੀ ਗੁਰੂ ਘਰ ਦੇ ਵਿੱਚ ਸੇਧ ਲਾਉਣੀ ਸ਼ੁਰੂ ਕਰ ਦਿੱਤੀ ਸੀ। ਔਰ ਲੱਗਾ ਰਿਹਾ ਉਹ, ਇੱਕ ਨਹੀਂ ਚਾਰ ਪੀੜ੍ਹੀਆਂ ਦਾ ਜ਼ਿਕਰ ਇਸ ਸ਼ਬਦ ਦੇ ਵਿੱਚ ਕੀਤਾ ਗਿਆ ਹੈ। ਚਾਰ ਪੀੜ੍ਹੀਆਂ ਦੇ ਵਿੱਚ ਗੁਰੂ ਪਰਿਵਾਰ ਦੇ ਵਿੱਚ ਵਿਪਰ ਨੇ ਸੇਧ ਲਾ ਕਰਕੇ ਗੁਰੂ ਪੁੱਤਰਾਂ ਦੇ ਉੱਪਰ। ਮਾਫ ਕਰਨਾ, ਇਹਨੂੰ ਭੁੱਖਿਆ ਜੇ ਵਿਚਾਰਿਆ ਜੇ ਅਸੀਂ ਸਤਿਕਾਰ ਕਰਦੇ ਹਾਂ,
ਅਦਬ ਕਰਦੇ ਹਾਂ, ਪਰ ਜਦੋਂ ਇਤਿਹਾਸ ਪੜ੍ਹਦੇ ਹਾਂ ਤੇ ਫਿਰ ਇਹ ਗੱਲ ਸਾਹਮਣੇ ਆਉਂਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਨਾ, ਆਹ ਜਿਹੜਾ ਕਰਤਾਰਪੁਰ ਅੱਜ ਜਿਹੜਾ ਇਤਿਹਾਸ ਜਿਸ ਘਟਨ ਜਿਸ ਅਸਥਾਨ ਦੇ ਨਾਲ ਜੁੜਿਆ ਹੈ, ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ, ਪੁੱਤਰੀ ਕੌਲ ਨਾ ਪਾਲਿਓ, ਪੁੱਤਰੀ ਕੌਲ ਨਾ ਪਾਲਿਓ, ਕੌਲ ਨਹੀਂ ਪਾਲਿਆ ਪੁੱਤਰਾਂ ਨੇ, ਬਾਬਾ ਕਰਤਾਰਪੁਰ ਆ ਗਿਆ। ਸਾਰੇ ਸੰਸਾਰ ਦਾ ਭ੍ਰਮਣ ਕਰਕੇ, ਸਾਰੇ ਜਗਤ ਨੂੰ ਨਾਮ ਦੇ ਨਾਲ ਇੱਕ ਪ੍ਰਭੂ ਦੇ ਨਾਲ ਜੋੜ ਕਰਕੇ, ਥਾਂ ਥਾਂ ਦੇ ਉੱਪਰ ਸੱਚ ਦਾ ਪ੍ਰਚਾਰ ਕਰਕੇ, ਸੱਚ ਕੀ ਬਾਣੀ ਉਪਦੇਸ਼ ਨੂੰ ਦੁਨੀਆਂ ਭਰ ਦੇ ਵਿੱਚ ਪ੍ਰਚਾਰ ਕਰਕੇ ਪਾਤਸ਼ਾਹ ਕਰਤਾਰਪੁਰ ਦੀ ਧਰਤੀ ਦੇ ਉੱਪਰ ਆ ਕੇ ਟਿਕ ਗਏ। ਅਖੀਰਲੇ ਦਹਾਕੇ ਜਿਹੜੇ ਨੇ ਉਹ ਗੁਰੂ ਸਾਹਿਬ ਜੀ ਦੇ ਇਸ ਪਵਿੱਤਰ ਧਰਤੀ ਦੇ ਉੱਪਰ ਬਤੀਤ ਹੋਏ ਨੇ। ਅੱਜ ਜਿਹੜਾ ਲਾਂਘਾ ਹੁਣੀ ਥੋੜ੍ਹੀ ਦੇਰ ਥੋੜ੍ਹੇ ਸਾਲ ਪਹਿਲਾਂ ਪ੍ਰਾਪਤ ਹੋਇਆ ਹੈ, ਜਿਹਦੇ ਵਾਸਤੇ ਅਰਦਾਸਾਂ ਕਰਦੇ ਹਾਂ ਆਪਾਂ। ਫਿਰ ਬਾਬਾ ਆਇਆ ਕਰਤਾਰਪੁਰ, ਕਰਤਾਰਪੁਰ ਆ ਗਿਆ, ਭੇਖ ਉਦਾਸੀ, ਉੱਥੇ ਆ ਕੇ ਉਦਾਸੀ ਭੇਖ ਜਿਹੜਾ ਸੀ, ਉਦਾਸੀ ਭੇਖ ਦਾ ਮਤਲਬ ਹੈ ਪ੍ਰਚਾਰ ਕਰਨ ਦਾ ਜਿਹੜਾ ਢੰਗ ਸੀ, ਉਹ ਜਿਹੜੇ ਬਸਤਰ ਪ੍ਰਚਾਰ ਕਰਨ ਵਾਸਤੇ ਪਾਏ ਸਨ, ਯਾਦ ਰੱਖਿਓ ਉਹਨਾਂ ਬਸਤਰਾਂ ਦਾ ਮਕਸਦ ਸਿਰਫ ਪ੍ਰਚਾਰ ਕਰਨਾ ਸੀ, ਭੇਖ ਦੇ ਨਾਲ ਜੋੜਨਾ ਨਹੀਂ ਸੀ। ਭੇਖੀ ਪ੍ਰਭੂ ਨਾ ਲੱਭੀ ਗੁਰਮਤਿ ਦਾ ਸਿਧਾਂਤ ਹੈ, ਭੇਖ ਕਿਨੇ ਅਲੇਖ ਨਾ ਪੈ ਹੈ, ਭੇਖ ਕਰਕੇ ਕੋਈ ਅਲੇਖ ਪ੍ਰਭੂ ਨੂੰ ਪ੍ਰਾਪਤ ਨਹੀਂ ਕਰ ਸਕਦਾ। ਆਖੇ ਮੈਂ ਚਿੱਟੇ ਜਾਂ ਗੇਰੂਏ ਜਾਂ ਹੋਰ ਕੱਪੜੇ ਪਾ ਲਵਾਂ ਤਾਂ ਮੈਨੂੰ ਰੱਬ ਮਿਲ ਜਾਵੇਗਾ, ਪਾਤਸ਼ਾਹ ਨੇ ਆਖਿਆ ਜਿੰਨੀ ਦੇਰ ਤੱਕ ਆਚਰਨ ਨਹੀਂ ਕਰਨੀ ਨਹੀਂ ਤੇਰੀ, ਓਨੀ ਦੇਰ ਤੱਕ ਰੱਬ ਨਹੀਂ ਮਿਲ ਸਕਦਾ। ਉੱਥੇ ਆ ਕੇ ਉਤਾਰ ਦਿੱਤਾ, ਭੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ, ਬੜੇ ਕਮਾਲ ਦੇ ਬਚਨ ਭਾਈ ਗੁਰਦਾਸ ਜੀ ਨੇ ਲਿਖੇ ਨੇ, ਸੰਸਾਰੀ ਕੱਪੜੇ ਪਾ ਲਏ, ਦੁਨਿਆਵੀ ਕੱਪੜੇ ਪਾ ਲਏ, ਜਿਵੇਂ ਆਮ ਸੰਸਾਰੀ ਬੰਦੇ ਪਾਉਂਦੇ ਨੇ, ਕਿਰਤ ਵਿਰਤ ਕਰਨ ਵਾਲੇ ਕਿਰਤੀ ਲੋਕ ਕਿਰਤੀਆਂ ਵਾਲੇ ਬਸਤਰ ਪਾ ਲਏ, ਪੈਰ ਸੰਸਾਰੀ ਕੱਪੜੇ, ਮੰਜੀ ਦੇ ਉੱਪਰ ਉੱਥੇ ਬੈਠ ਕਰਕੇ ਪ੍ਰਚਾਰ ਕਰਦੇ ਨੇ, ਸੁਬੇ ਸ਼ਾਮ ਕਿਰਤ ਕਰਦੇ ਨੇ, ਹਲ ਵਾਹੁੰਦੇ ਨੇ, ਕਈ ਵਾਹੁੰਦੇ ਨੇ, ਤੇ ਕੀਰਤ ਤੇ ਕੀਰਤੀ ਦੋ ਜਿਹੜੀਆਂ ਨੇ ਇੱਥੇ ਜੋੜ ਦਿੱਤੀਆਂ। ਜਿਹੜਾ ਉਪਦੇਸ਼ ਪ੍ਰਚਾਰਿਆ ਸੀ ਨਾ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਕਰਤਾਰਪੁਰ ਉਹ ਸੈਂਟਰ ਬਣਾ ਦਿੱਤਾ ਗੁਰੂ ਸਾਹਿਬ ਜੀ ਨੇ, ਜਿੱਥੋਂ ਇਹ ਸਾਰਾ ਕੁਝ ਦੇਖਣ ਨੂੰ ਮਿਲਦਾ ਸੀ। ਜੇ ਕੋਈ ਕਹਿੰਦਾ ਨਾ ਕਿ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨੇ ਨੇ, ਇੱਕ ਵਾਰ ਕੁਝ ਸਾਧ ਗਏ ਤੇ ਉਹਨਾਂ ਨੇ ਆਖਿਆ ਵੀ ਜਿਵੇਂ ਅੱਜ ਕੱਲ੍ਹ ਦੇ ਅਖੌਤੀ ਜਿਹੜੇ ਸਾਧਨ ਹੈ ਵੀ ਉਹਨਾਂ ਵਰਗੇ ਹੋਣਗੇ, ਜਿਵੇਂ ਅੱਜ ਕੱਲ੍ਹ ਅਸੀਂ ਵੇਖਦੇ ਹਾਂ ਵੀ ਕੋਈ ਕੰਮ ਧੰਦਾ ਨਹੀਂ ਕਰਨਾ, ਉਹ ਦਰਸ਼ਨ ਕਰਨ ਆਉਂਦੇ ਨੇ, ਉਹ ਪੁੱਛਦੇ ਨੇ ਕਿੱਥੇ ਨੇ, ਉਹ ਕਹਿੰਦੇ ਨੇ ਬਾਹਰ ਖੇਤਾਂ 'ਚ ਕੰਮ ਕਰਨ ਗਏ ਨੇ, ਪੈਲੀਆਂ ਦੇ ਵਿੱਚ ਕੰਮ ਕਰ ਰਹੇ ਨੇ। ਗੁਰੂ ਬਾਬਾ ਜੀ, ਗੁਰੂ ਨਾਨਕ ਸਾਹਿਬ ਜੀ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਇਹ ਰੂਪ ਸੀ, ਇਹ ਕਰਤਾਰਪੁਰ ਹੈ, ਉਹ ਕਰਤਾਰਪੁਰ ਸੀ, ਇਹ ਸੰਦੇਸ਼ ਸੀ ਕਰਤਾਰਪੁਰ ਦਾ। ਗ੍ਰਸਥ ਦੇ ਵਿੱਚ ਰਹਿੰਦਿਆਂ ਹੋਇਆਂ, ਕਿਰਤ ਕਰਦਿਆਂ ਹੋਇਆਂ, ਗੁਰੂ ਨੂੰ ਜਪਣਾ, ਸਿਮਰਨਾ, ਆਤਮਿਕ ਜੀਵਨ ਜਿਉਣਾ, ਪੈਰ ਸੰਸਾਰੀ ਕੱਪੜੇ, ਦੁਨਿਆਵੀ ਬਸਤਰ ਪਾ ਕਰਕੇ ਉੱਥੇ ਇਹ ਮਰਿਆਦਾ ਜਿਹੜੀ ਸੀ ਆਰੰਭ ਕੀਤੀ, ਫਿਰ ਜਿਹੜੀ ਅੱਜ ਮਰਿਆਦਾ ਪੰਥ ਦੇ ਵਿੱਚ, ਕੌਮ ਦੇ ਵਿੱਚ ਚੱਲ ਰਹੀ ਹੈ। ਪੁੱਤਰੀ ਕੌਲ ਨਾ ਪਾਲਿਓ, ਪੁੱਤਰਾਂ ਨੇ ਕੌਲ ਨਹੀਂ ਪਾਲਿਆ, ਮਨ ਖੋਟੇ ਆਕੀ ਨਸਿਆਰਾ, ਖੋਟੇ ਮਨ ਲੈ ਕੇ ਆਕੀ ਹੋ ਕੇ ਗੁਰੂ ਦੇ ਬਚਨਾਂ ਤੋਂ ਫਿਰਦੇ ਰਹੇ। ਬਾਣੀ ਮੁਖੋਂ ਉਚਾਰੀਏ, ਹੋਏ ਰੁਸ਼ਨਾਈ ਜਗ ਅੰਧਿਆਰਾ, ਉੱਥੇ ਬਾਣੀ ਉਚਾਰੀ ਜਾਂਦੀ, ਉੱਥੇ ਕੀਰਤਨ ਹੁੰਦਾ, ਉੱਥੇ ਕਿਰਤ ਹੁੰਦੀ, ਕੀਰਤਨ ਹੁੰਦਾ, ਕਮਾਲ ਦੀ ਗੱਲ ਹੈ। ਖੇਤਾਂ ਦੇ ਵਿੱਚ ਕਿਰਤ ਹੋ ਰਹੀ ਹੈ, ਨਾਲ ਸੁਰਤ ਨਿਰੰਕਾਰ ਦੇ ਨਾਲ ਹੈ, ਧਰਮਸ਼ਾਲ ਜਿਹੜੀ ਰਚੀ ਗਈ ਹੈ ਕਰਤਾਰਪੁਰ, ਉੱਥੇ ਕੀਰਤਨ ਸੁਬੇ ਸ਼ਾਮ, ਸੋਧਰ ਆਰਤੀ ਗਾਵੀਏ, ਅੰਮ੍ਰਿਤ ਵੇਲੇ ਜਾਪ ਉਚਾਰਾ, ਬਕਾਇਦਾ ਗੁਰੂ ਨਾਨਕ ਸਾਹਿਬ ਜੀ ਨੇ ਮਰਿਆਦਾ ਆਰੰਭ ਕੀਤੀ। ਸੋਧਰ ਆਰਤੀ, ਸ਼ਾਮ ਨੂੰ ਸੋਧਰ ਆਰਤੀ ਤੇ ਸੁਬੇ ਅੰਮ੍ਰਿਤ ਵੇਲੇ ਜਾਪ ਉਚਾਰਾ, ਜਪਜੀ ਸਾਹਿਬ ਦਾ ਪਾਠ, ਜਾਪ ਦਾ ਪਾਠ, ਆਸਾ ਦੀ ਵਾਰ ਦਾ ਕੀਰਤਨ, ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉੱਠੇ ਧੁਨ ਕਾਰਾ, ਇਹ ਸੀ
करतारपुर जिथे गुरु साहब अज ज्योति जोत समाए ने, ये अमली रूप दे विच पातशाह जी ने इत्थे सारा कुछ किया। ज्ञान गोष्ठा हुंदियां, चर्चा हुंदी गुर शब्द दी, बाणी दी, धर्म दी, धर्म मार्ग दी। ज्ञान गोष्ठ चर्चा सदा, अनहद शब्द उठे तुनकारा, गुरमुख भार अथर्बण उतारा। भाई गुरदास जी ने वार दी अखीरली इस पौड़ी दी अखीरली पंक्ति दे विच आखिया, गुरु नानक साहब नू गुरमुख लिखिया। भार अथर्बण, अथर्बण की है? कहिंदे अथर्बण दा भार उतार दिता। अथर्बण वेद दा नाम है। अथर्बण वेद दे विच जो तंत्र मंत्र आदिक लिखिया होया सी ना, वो उहदा भार समाज दे उपर जिहड़ा पाया, जादू मंत्रां टूणियां दे विच पखंडां दे विच जिसने पाया सी, उस अथर्बण वेद दे भार नू गुरु नानक साहब जी ने समाज दे मोढ़ियां तों ला दिता। ਇਹ ਸੀ ਕਰਤਾਰਪੁਰ ਦੀ ਕਹਾਣੀ ਜਿੱਥੇ ਪਾਤਸ਼ਾਹ ਅੱਜ ਜੋਤੀ ਜੋਤ ਸਮਾਉਂਦੇ ਨੇ। ਉੱਥੇ ਮੈਂ ਬੇਨਤੀ ਕਰ ਰਿਹਾ ਸੀ, ਉਹ ਬਿੱਪਰ ਭਲਾ ਹਾਰ ਪਾਉਣ ਵਾਲਾ ਸੀ, ਉਹ ਵੀ ਨਿੰਦਕ ਸੀ, ਰੱਜ ਕੇ ਗੁਰੂ ਸਾਹਿਬ ਜੀ ਦਾ ਵਿਰੋਧ ਕੀਤਾ। ਜੋਗੀ ਜੁਗਤ, ਜੋਗੀਆਂ ਦੇ ਬਾਰੇ ਦੇ ਵਿੱਚ ਜੋਗੀ ਥਾਂ ਥਾਂ ਦੇ ਉੱਪਰ ਗੁਰੂ ਸਾਹਿਬ ਜੀ ਨਾਲ ਲੜਨ ਵਾਸਤੇ ਆਉਂਦੇ ਨੇ। ਉਹਨਾਂ ਦਾ ਇਹ ਮਕਸਦ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੂੰ ਅਸੀਂ ਨੀਵਾਂ ਦਿਖਾ ਸਕੀਏ, ਤੇ ਫਿਰ ਸਿੱਧੀ ਮਨੇ ਵਿਚਾਰਿਆ ਕਿ ਦਰਸ਼ਨ ਇਹ ਲੇਵੇ ਬਾਲਾ, ਇਹਨੂੰ ਆਪਣਾ ਦਰਸ਼ਨ ਦੇ ਦਈਏ। ਦਰਸ਼ਨ ਦਾ ਮਤਲਬ ਭੇਖ, ਆਪਣਾ ਧਰਮ ਜਿਹੜਾ ਹੈ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਲਾਈ ਹੈ। ਉਹ ਸੋਚਦੇ ਨੇ, ਉਹ ਇਹਦੇ ਉੱਤੇ ਕੰਮ ਕਰਦੇ ਨੇ, ਵਾਰ ਵਾਰ ਵੱਡੇ ਵੱਡੇ ਜੋਗੀ ਉਹਨਾਂ ਦੇ ਨਾਲ ਚਰਚਾ ਕਰਦੇ ਨੇ, ਪਰ ਚਰਚਾ ਦੇ ਵਿੱਚ ਹਾਰ ਕੇ ਜਾਂਦੇ ਨੇ, ਕਰਾਮਾਤਾਂ ਦਿਖਾਉਂਦੇ ਨੇ, ਕਈ ਕੁਛ ਲਭਾਉਣ ਦਾ ਮਾਇਆ ਦਾ ਲੁਭਾਏ ਲੋਭ ਦਿੰਦੇ ਨੇ, ਪਰ ਗੁਰੂ ਨਾਨਕ ਸਾਹਿਬ ਕਿਹੜਾ ਝੱਲੇ ਗੁਰੂ ਦੀ ਝਾਲਾ। ਉਹ ਸਮਝਦੇ ਨੇ ਕਿ ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ, ਇਹੋ ਜੀ ਸ਼ਖਸੀਅਤ ਜੇ ਕਿਤੇ ਜੋਗੀ ਬਣ ਜਾਵੇ, ਜੋਗ ਧਰਮ ਅਪਣਾ ਲਵੇ, ਸਾਡੇ ਪੰਥ ਜੋਗ ਮਤ ਨੂੰ ਪੂਰੇ ਸੰਸਾਰ ਦੇ ਵਿੱਚ ਫੈਲਾ ਸਕਦੇ ਨੇ। ਇਸੇ ਵਾਸਤੇ ਹੀ ਭਾਈ ਗੁਰਦਾਸ ਜੀ ਨੇ ਇਹ ਇਤਿਹਾਸ ਗੁਰੂ ਸਾਹਿਬ ਜੀ ਦਾ ਲਿਖਿਆ। ਹੁਣ ਉਹ ਜੋਗੀ ਜਿਹੜੇ ਨੇ ਅੰਤ ਤੱਕ ਵਿਰੋਧ ਕਰਦੇ ਰਹੇ ਨੇ, ਬੇਸ਼ੱਕ ਜਿੱਥੇ ਉਹਨਾਂ ਨੂੰ ਪਾਤਸ਼ਾਹ ਜੀ ਦੀ ਵਿਚਾਰਧਾਰਾ ਬਾਣੀ ਨੇ ਜਦੋਂ ਉਹਨਾਂ ਨੂੰ ਸਹੀ ਮਾਰਗ ਦੱਸਿਆ, ਤੇ ਬਹੁਤੇ ਜੋਗੀ ਉਹਨਾਂ ਦੇ ਵਿੱਚੋਂ ਜਿਹੜੇ ਸਨ ਉਹਨਾਂ ਨੇ ਇਹ ਵੀ ਬਚਨ ਕਹੇ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ। ਪਰ ਬਹੁਤ ਵਿਰੋਧ ਕਰਨ ਵਾਲੇ ਸਨ, ਤੋ ਮੈਂ ਬੇਨਤੀ ਕਰ ਰਿਹਾ ਸੀ, ਜਿਹੜੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਸ ਪੰਕਤੀ ਵਿੱਚ ਕਹਿ ਰਹੇ ਨੇ ਨਾ, ਧੁਰ ਮਾਰੇ ਪੂਰੇ ਸਤਿਗੁਰੂ ਸਹੀ ਹੁਣ ਸਤਿਗੁਰ ਮਾਰੇ। ਉਹ ਮਾਰੇ ਹੋਏ ਸਨ ਪੂਰੇ ਸਤਿਗੁਰੂ ਦੇ, ਉਹ ਪੂਰੇ ਸਤਿਗੁਰੂ ਦੇ ਮਾਰੇ ਹੋਏ ਸਨ, ਦੁਤਕਾਰੇ ਹੋਏ ਸਨ, ਸਹੀ ਉਹੀ ਹੋ ਹੁਣ ਸਤਿਗੁਰ ਮਾਰੇ, ਭਾਵ ਅੱਗੋਂ ਸਤਿਗੁਰੂ ਗੁਰੂ ਅੰਗਦ ਦੇਵ ਜੀ ਦੀ, ਗੁਰੂ ਅਮਰਦਾਸ ਜੀ ਦੀ, ਬਾਕੀ ਸਤਿਗੁਰਾਂ ਦੀ ਗੱਲ ਕਰਦੇ ਨੇ। ਉਹਨਾਂ ਨੂੰ ਬਖਸ਼ਿਆ ਨਹੀਂ ਗਿਆ। ਜੇ ਮਿਲਣ ਨੂੰ ਬਹੁ ਤੇਰਾ ਲੋਚੀਏ, ਨਾ ਦੇਈ ਮਿਲਣ ਕਰਤਾਰੇ। ਜੇ ਉਹ ਮਿਲਣ ਨੂੰ ਬਹੁਤ ਜ਼ੋਰ ਲਾਉਣ, ਸੋਚਣ, ਪਰ ਕਰਤਾਰ ਜਿਹੜਾ ਹੈ ਉਹਦੀ ਮਰਜ਼ੀ ਹੈ, ਰਜ਼ਾ ਹੈ। ਇਹੋ ਜਿਹੇ ਨਿੰਦਕ ਵਿਰੋਧੀ ਜਿਹੜੇ ਨੇ, ਜਿਹੜੇ ਸਿਧਾਂਤ ਮਿਲਦੇ ਤਾਂ ਉਹ ਨੇ ਜਿਨ੍ਹਾਂ ਨੇ ਸਿਧਾਂਤ ਨੂੰ, ਵਿਚਾਰਧਾਰਾ ਨੂੰ ਸਮਝ ਲਿਆ, ਮਿਲ ਗਏ, ਤੇ ਜਿਹੜੇ ਵਿਰੋਧ ਕਰਨ ਵਾਲੇ ਨੇ ਉਹ ਕਿੱਥੋਂ ਮਿਲ ਸਕਦੇ ਨੇ ਭਲਾ? ਕਰਤਾਰ ਉਹਨਾਂ ਨੂੰ ਮਿਲ ਨਹੀਂ ਦਿੰਦਾ, ਸਿਧਾਂਤ ਦਾ ਵਿਚਾਰਧਾਰਾ ਦਾ ਜਿਹੜਾ ਹੈ ਉਹ ਵਿਰੋਧ ਹੈ, ਉਹ ਮਿਲ ਨਹੀਂ ਸਕਦੇ। ਸਤ ਸੰਗਤ ਢੋਈ ਨਾ ਲਹਿਣ, ਵਿੱਚ ਸੰਗਤ ਗੁਰ ਵਿਚਾਰੇ। ਗੁਰੂ ਨੇ ਵੀ, ਗੁਰੂ ਦੇ ਰਾਰੇ ਨੂੰ ਸਿਹਾਰੀ ਹੈ, ਇਹ ਵਿਚਾਰ ਕੀਤੀ ਸੰਗਤ ਵਿੱਚ ਕਿ ਇਹੋ ਜਿਹੜੇ ਗੁਰੂ ਦੇ ਸਿਧਾਂਤਾਂ ਦੇ, ਸਰਬ ਸਾਂਝੀ ਵਾਲਤਾ ਦੇ ਸਿਧਾਂਤ ਦਾ ਵਿਰੋਧ ਕਰਨ ਵਾਲੇ ਨੇ, ਵਿਚਾਰਧਾਰਾ ਦਾ ਵਿਰੋਧ ਕਰਨ ਵਾਲੇ, ਨਿੰਦਾ ਕਰਨ ਵਾਲੇ ਨੇ, ਸਰਬ ਸਾਂਝੇ ਸਮਾਜ ਦੀ ਜਿਹੜੀ ਸਿਰਜਣਾ ਕਰਨ ਵਾਲੇ ਸੱਚੇ ਪਾਤਸ਼ਾਹ ਜੀ ਨੇ, ਇੱਕ ਪ੍ਰਭੂ ਦੇ ਨਾਮ ਦੇ ਨਾਲ ਜੋੜਨ ਵਾਲੇ, ਸਿਧਾਂਤ ਦਾ ਵਿਰੋਧ ਕਰਨ ਵਾਲੇ ਜਿਹੜੇ ਨੇ, ਵੱਖ ਵੱਖ ਵਿਅਕਤੀ ਵਿਸ਼ੇਸ਼ ਦੀ ਪੂਜਾ ਵਾਲੇ ਤੇ ਦੇਵੀ ਦੇਵਤਿਆਂ ਦੀ ਪੂਜਾ ਵਾਲੇ, ਉਹ ਸਾਰੇ ਵਿੱਚ ਆ ਜਾਂਦੇ ਨੇ। ਸਤਸੰਗਤ ਢੋਈ ਨਾ ਲਹਿਣ,
ਸਤਸੰਗਤ ਦੇ ਵਿੱਚ ਜਿੱਥੇ ਸਤਸੰਗਤ ਜਿੱਥੇ ਸੱਤ ਦੀ ਗੱਲ ਹੁੰਦੀ ਹੋਵੇ ਉੱਥੇ ਉਹਨਾਂ ਨੂੰ ਢੋਈ ਕਿਵੇਂ ਮਿਲ ਸਕਦੀ ਹੈ? ਉੱਥੇ ਢੋਈ ਨਹੀਂ ਲੈ ਸਕਦੇ। ਇਹ ਗੁਰੂ ਨੇ ਵੀ ਵਿਚਾਰਿਆ, ਕੋਈ ਜਾਏ ਮਿਲੇ ਹੁਣ ਉਹਨਾਂ ਨੂੰ ਤਿਸ ਮਾਰੇ ਜਮ ਜੰਦਾਰੇ। ਤੇ ਜੇ ਮਹਾਰਾਜ ਕਹਿੰਦੇ ਨੇ ਜਾ ਕੇ ਕੋਈ ਉਹਨਾਂ ਇਹੋ ਜਿਹੇ ਸਿਧਾਂਤਕ ਵਿਚਾਰਧਾਰਾ ਦੇ ਵਿਰੋਧੀਆਂ ਨੂੰ ਜਾ ਕੇ ਮਿਲਣ ਦੀ ਕੋਸ਼ਿਸ਼ ਕਰਦਾ ਹੈ ਤੇ ਉਹਨਾਂ ਨੂੰ ਵੀ ਜਮਾਂ ਦੀ ਮਾਰ ਪੈਂਦੀ ਹੈ, ਤਿਸ ਮਾਰੇ ਜਮ ਜੰਦਾਰੇ। ਵਾਹਿਗੁਰੂ ਵੀ ਫਿਰ ਉਹਨਾਂ ਨੂੰ ਫਿਰ ਮਾਰਦਾ ਹੈ ਨਾ, ਜਿਹੜਾ ਕਈ ਬੰਦੇ ਇੱਦਾਂ ਦੇ ਹੁੰਦੇ ਹੀ ਨੇ ਜਿਹੜੇ ਦੋਨਾਂ ਪਾਸੇ ਤੇ ਹੀ ਚੱਲਦੇ ਨੇ। ਮਹਾਰਾਜ ਨੇ ਆਖਿਆ ਇੱਕ ਪਾਸਾ ਕਰ ਲਓ ਜਾਂ ਮਨੁੱਖਤਾ ਦਾ ਤੇ ਜਾਂ ਦੂਸਰਾ ਪਾਸਾ ਜਿਹੜਾ ਹੈ ਵੰਡ ਵੰਡਾਈਏ ਵਾਲਾ, ਜਾਤ ਪਾਤ ਵਾਲਾ, ਊਚ ਨੀਚ ਵਾਲਾ ਜਿਹੜਾ ਹੈ। ਗੁਰ ਬਾਬੇ ਫਿਟਕੇ ਸੇ ਫਿੱਟੇ, ਗੁਰ ਅੰਗਦ ਕੀਤੇ ਕੂੜਿਆਰੇ। ਗੁਰੂ ਬਾਬੇ ਦੇ ਫਿਟਕੇ ਹੋਏ, ਫਿਟਕਾਰੇ ਹੋਏ ਉਹ ਜਿਹੜੇ ਸਨ, ਉਹਨਾਂ ਦੇ ਵਿੱਚ ਭਾਈ ਗੁਰਦਾਸ ਜੀ ਨੇ ਲਿਖਿਆ, ਸੱਤਾ ਬਲਵੰਡ ਜੀ ਨੇ ਵੀ ਲਿਖਿਆ, ਪੁੱਤਰੀ ਕੌਲ ਨਾ ਪਾਲਿਓ, ਉਹ ਵੀ ਵਿੱਚ ਹੀ ਆ ਜਾਂਦੇ ਨੇ। ਗੁਰ ਬਾਬੇ ਫਿਟਕੇ ਸੇ ਫਿੱਟੇ, ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਫਿਟਕਾਰੇ ਹੋਏ ਸਨ ਉਹ ਫਿੱਟੇ। ਗੁਰ ਅੰਗਦ ਕੀਤੇ ਕੂੜਿਆਰੇ, ਗੁਰੂ ਅੰਗਦ ਦੇਵ ਜੀ ਨੇ ਉਹਨਾਂ ਨੂੰ ਕੂੜੇ ਕੀਤਾ। ਇਹ ਗੁਰੂ ਅੰਗਦ ਦੇਵ ਜੀ ਕਿਵੇਂ ਮੂੰਹ ਲਾ ਸਕਦੇ ਸਨ ਜਿਹੜੇ ਉਹਨਾਂ ਦੇ ਸੱਚੇ ਪਾਤਸ਼ਾਹ ਦਾ ਵਿਰੋਧ ਕਰਨ ਵਾਲੇ ਸਨ, ਜਿਹੜੇ ਉਹਨਾਂ ਦੀ ਸਿੱਖਿਆ ਦਾ ਵਿਰੋਧ ਕਰਨ ਵਾਲੇ ਸਨ? ਗੁਰੂ ਅੰਗਦ ਦੇਵ ਮਹਾਰਾਜ ਉਹਨਾਂ ਨੂੰ ਸ਼ਾਬਾਸ਼ ਨਹੀਂ ਸਨ ਦੇਣ ਵਾਲੇ। ਗੁਰੂ ਅੰਗਦ ਕੀਤੇ ਕੂੜਿਆਰੇ, ਗੁਰ ਤੀਜੀ ਪੀੜ੍ਹੀ ਵਿਚਾਰਿਆ, ਕਿਆ ਹੱਥ ਇਹਨਾਂ ਵਿਚਾਰੇ। ਇੱਥੇ ਲਾਹੌਰੀਆਂ ਦਾ ਵੀ ਸਾਖੀਕਾਰ ਜਿਹੜੇ ਨੇ ਸੰਪਰਦਾਇ ਟੀਕਾ ਦੇ ਵਿੱਚ ਕਰਦੇ ਨੇ ਕਿ ਉਹ ਆ ਕਰਕੇ ਗੁਰੂ ਦੇ ਕੋਲ ਤੀਜੀ ਵਾਰ ਮਾਫ਼ੀ ਮੰਗਣ ਆਏ। ਪਰ ਇੱਥੇ ਸਿਧਾਂਤਕ ਤੌਰ 'ਤੇ ਗੱਲ ਚੱਲ ਰਹੀ ਹੈ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਵਿਚਾਰਿਆ ਵੀ ਇਹਨਾਂ ਦੇ ਹੱਥ ਹੁਣ ਕੀ ਹੈ। ਗੁਰ ਚੌਥੀ ਪੀੜ੍ਹੀ ਟਿਕਿਆ ਤੇ ਨਿੰਦਕ ਦੁਸ਼ਟ ਸਭ ਤਾਰੇ। ਗੁਰ ਚੌਥੀ ਪੀੜ੍ਹੀ, ਗੁਰੂ ਰਾਮਦਾਸ ਜੀ ਨੂੰ ਜਿਸ ਸਤਿਗੁਰੂ ਨੇ ਟਿਕਾਇਆ, ਬਖਸ਼ਿਸ਼ ਕੀਤੀ, ਪਾਤਸ਼ਾਹੀ ਬਖਸ਼ਿਸ਼ ਕੀਤੀ, ਗੁਰਤਾ ਗੱਦੀ ਬਖਸ਼ਿਸ਼ ਕੀਤੀ, ਤਿੰਨ ਨਿੰਦਕ ਦੁਸ਼ਟ ਸਭ ਤਾਰੇ। ਉਸ ਗੁਰੂ ਅਮਰਦਾਸ ਜੀ ਨੇ ਨਿੰਦਕ ਦੁਸ਼ਟ ਜਿਹੜੇ ਸਨ ਉਹਨਾਂ ਸਭਨਾਂ ਨੂੰ ਤਾਰ ਦਿੱਤਾ ਦਿਆਲੂ ਸਤਿਗੁਰੂ ਨੇ। ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ, ਤਿਸ ਕਾਰਜ ਸਭ ਸਵਾਰੇ। ਵੇਖੋ ਪੁੱਤ ਦਾ ਜ਼ਿਕਰ ਕੀਤਾ ਗਿਆ ਹੈ, ਜਰਾ ਧਿਆਨ ਦੇ ਨਾਲ ਵਿਚਾਰਿਆ ਜੇ। ਮਹਾਰਾਜ ਨੇ ਆਖਿਆ, ਗੁਰੂ ਰਾਮਦਾਸ ਜੀ ਨੇ, ਕੋਈ ਪੁੱਤਰ ਹੋਵੇ, ਕੋਈ ਸਿੱਖ ਜਿਹੜਾ ਸੇਵਾ ਕਰੇਗਾ ਸਤਿਗੁਰੂ ਦੀ। ਸਤਿਗੁਰੂ ਦੀ ਸੇਵਾ ਦਾ ਮਤਲਬ ਸਤਿਗੁਰੂ ਦੇ ਹੁਕਮ ਨੂੰ ਮੰਨੇਗਾ, ਉਪਦੇਸ਼ ਨੂੰ ਮੰਨੇਗਾ, ਉਹਦੇ ਹੁਕਮ ਉਹਦੀ ਵਿਚਾਰਧਾਰਾ ਦਾ ਵਿਰੋਧ ਨਹੀਂ ਕਰੇਗਾ, ਉਹਦੇ ਉਪਦੇਸ਼ ਦੀ ਜਿਹੜਾ ਕਮਾਈ ਕਰੇਗਾ। ਤਿਸ ਕਾਰਜ ਸਭ ਸਵਾਰੇ, ਉਹਦੇ ਕਾਰਜ ਸਤਿਗੁਰੂ ਸਵਾਰਨ ਵਾਲੇ ਹਨ, ਉਹਦੇ ਸਾਰੇ ਕਾਰਜ ਸਫਲ ਹੋ ਜਾਂਦੇ ਨੇ। ਜੋ ਇੱਛੇ ਸੋ ਫਲ ਪਾਏ ਸੀ, ਪੁੱਤ ਧਨ ਲਖਮੀ ਖੜ ਮੇਲੇ ਹਰ ਨਿਸਤਾਰੇ। ਜਿਹੜਾ ਵੀ ਪੁੱਤਰ ਨੂੰ ਆਪਣੇ ਨੂੰ ਤੇ ਪੁੱਤਰੀ ਨੂੰ ਆਪਣੀ ਘਰ ਵਾਲੀ ਪਰਿਵਾਰ ਨੂੰ ਖੜ ਲੈ ਕਰਕੇ ਮੇਲੇ ਹਰ ਨਿਸਤਾਰੇ ਆਪਣੇ ਗੁਰੂ ਨਾਲ ਮਿਲਾਉਂਦਾ ਹੈ, ਆਪਣੇ ਗੁਰੂ ਦੇ ਚਰਨੀ ਲਾਉਂਦਾ ਹੈ। ਖੜ ਮੇਲੇ ਜਿਹੜਾ ਆਪਣੇ ਪਰਿਵਾਰ ਪੁੱਤਾਂ ਧੀਆਂ ਨੂੰ ਗੁਰੂ ਦੇ ਚਰਨਾਂ ਦੇ ਨਾਲ ਜੋੜਦਾ ਹੈ, ਜੋ ਇੱਛੇ ਸੋ ਫਲ ਪਾਇੰਦਾ, ਉਹ ਜੋ ਵੀ ਚਾਹੁੰਦਾ ਹੈ ਉਹਨੂੰ ਫਲ ਮਿਲ ਜਾਂਦਾ ਹੈ। ਹਰੀ ਪਰਮਾਤਮਾ ਦੀ ਕਿਰਪਾ ਦੇ ਨਾਲ ਉਹਦਾ ਨਿਸਤਾਰਾ ਹੋ ਜਾਂਦਾ ਹੈ। ਸਭ ਨਿਧਾਨ ਸਤਿਗੁਰੂ ਵਿੱਚ, ਸਾਰੇ ਖਜ਼ਾਨੇ ਸਤਿਗੁਰੂ ਦੇ ਵਿੱਚ ਹਨ। ਜਿਸ ਅੰਦਰ ਹਰ ਉਰ ਧਾਰੇ, ਜਿਸਨੇ ਹਰੀ ਨੂੰ ਆਪਣੇ ਹਿਰਦੇ ਵਿੱਚ ਧਾਰਿਆ ਹੋਇਆ ਹੈ। ਸੋ ਪਾਏ ਪੂਰਾ ਸਤਿਗੁਰੂ, ਜਿਸ ਲਿਖਿਆ ਲਿਖਤ ਲਿਲਾਰੇ। ਜਿਹਦੇ ਮੱਥੇ ਦੇ ਭਾਗਾਂ ਦੇ ਵਿੱਚ ਗੁਰੂ ਨੇ ਲੇਖ ਲਿਖ ਦਿੱਤਾ, ਸੰਸਕਾਰ ਜਿਹਦੇ ਉੱਗੜ ਪਏ, ਸੋ ਪਾਏ ਪੂਰਾ ਸਤਿਗੁਰੂ, ਉਹੀ ਪੂਰੇ ਸਤਿਗੁਰੂ ਨੂੰ ਪ੍ਰਾਪਤ ਕਰਦਾ ਹੈ। ਜਨ ਨਾਨਕ ਮੰਗੇ ਧੂੜ ਤਿੰਨ, ਜੋ ਗੁਰਸਿੱਖ ਮਿੱਤ ਪਿਆਰੇ। ਸਤਿਗੁਰੂ ਗੁਰੂ ਰਾਮਦਾਸ ਕਹਿੰਦੇ ਨੇ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਜਿਹੜੇ ਗੁਰੂ ਦੇ ਮਿੱਤਰ ਨੇ, ਜਿਹੜੇ ਗੁਰੂ ਦੀ ਸਿੱਖਿਆ ਉਪਦੇਸ਼ ਨਾਲ ਪਿਆਰ ਕਰਨ ਵਾਲੇ, ਉਹਦੇ ਉੱਤੇ ਚੱਲਣ ਵਾਲੇ ਨੇ, ਉਹਨਾਂ ਦੀ ਚਰਨ ਧੂੜ ਮੰਗਦੇ ਨੇ। ਅਗਲਾ ਸਲੋਕ, ਜਿਨ ਕੋ ਆਪ ਦੇ ਵਡਿਆਈ, ਜਗਤ ਵੀ ਆਪੇ ਆਣ ਦਿਨ ਕੋ ਪੈਰੀ ਪਾਏ। ਜਿਨ੍ਹਾਂ ਨੂੰ ਗੁਰੂ ਆਪ ਵਡਿਆਈ ਦਿੰਦਾ ਹੈ, ਸਤਿਗੁਰੂ ਜਿਹਨੂੰ ਵਡਿਆਈ ਦਿੰਦੇ ਨੇ, ਸਾਰਾ ਸੰਸਾਰ ਉਹ ਉਹਨਾਂ ਦੇ ਮਹਾਰਾਜ ਜਿਹਨੂੰ ਵਡਿਆਈ ਦਿੰਦਾ ਹੈ ਉਹਦੇ ਪੈਰਾਂ ਦੇ ਉੱਪਰ ਆਪ ਪਾ ਦਿੰਦਾ ਹੈ। ਕਹਿੰਦੇ ਨੇ ਇਹ ਵਡਿਆਈ ਤੋਂ ਤਾਂ ਡਰੀਏ,
ਡਰੀਏ ਤਾਂ ਜੇ ਕਿਸ ਆਪ ਨੂੰ ਕੀਤੇ ਵੀ ਜੇ ਕੋਈ ਆਪ ਚਲਾਕੀ ਚਤਰਾਈ ਕਰ ਰਿਹਾ ਹੋਵੇ, ਇਹ ਤਾਂ ਵਾਹਿਗੁਰੂ ਦੀ ਕਲਾ ਹੈ, ਸਭ ਕਰਤਾ ਆਪਣੀ ਕਲਾ ਵਧਾਏ, ਇਹ ਮਾਲਕ ਦੀ ਵਡਿਆਈ ਹੈ। ਦੇਖੋ ਭਾਈ ਇਹ ਅਖਾੜਾ ਹਰ ਪ੍ਰੀਤਮ ਸੱਚੇ ਕਾ, ਇਹ ਸੰਸਾਰ ਹਰੀ ਪ੍ਰੀਤਮ ਦਾ ਅਖਾੜਾ ਹੈ, ਮੈਦਾਨ ਹੈ, ਜਿਹਨੇ ਆਪਣੇ ਜ਼ੋਰ ਸਭ ਆਣ ਨਵਾਏ, ਜਿਹਨੇ ਆਪਣੇ ਬਲ ਦੇ ਨਾਲ ਸਭਨਾਂ ਨੂੰ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆ ਕੇ ਨਵਾ ਦਿੱਤਾ ਹੈ। ਜਿਹੜੇ ਵਿਰੋਧ ਕਰਨ ਵਾਲੇ ਸਿਧਾਂਤ ਨੂੰ ਨਾ ਸਮਝਣ ਵਾਲੇ ਵੀ ਸਨ, ਗੁਰੂ ਕੇ ਨਿੰਦਕ, ਉਹ ਸਭ ਗੁਰੂ ਨੇ ਆ ਕੇ ਪੈਰੀ ਪਾ ਦਿੱਤੇ। ਆਪਣਿਆਂ ਭਗਤਾਂ ਕੀ ਰੱਖ ਕਰੇ ਹਰ ਸਵਾਮੀ, ਹਰੀ ਸਵਾਮੀ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਲਾ ਹੈ। ਨਿੰਦਕਾਂ ਦੁਸ਼ਟਾਂ ਕੇ ਮੂੰਹ ਕਾਲੇ ਕਰਾਏ, ਜਿਹੜੇ ਨਿੰਦਾ ਕਰਨ ਵਾਲੇ ਨੇ ਉਹਨਾਂ ਦੁਸ਼ਟਾਂ ਦੇ ਮੂੰਹ ਕਾਲੇ ਕਰਨ ਵਾਲਾ ਹੈ। ਸਤਿਗੁਰ ਕੀ ਵਡਿਆਈ ਨਿਤ ਚੜ੍ਹੇ ਸਵਾਈ, ਹਰ ਕੀਰਤ ਭਗਤ ਨਿਤ ਆਪ ਕਰਾਏ। ਸਤਿਗੁਰੂ ਦੀ ਵਡਿਆਈ ਨਿਤਾ ਪ੍ਰਤੀ ਦੁੱਗਣੀ ਚੌਗਣੀ ਵਧਣ ਵਾਲੀ ਹੈ, ਵੱਧਦੀ ਹੈ, ਆਪ ਵਾਹਿਗੁਰੂ ਵਧਾਉਂਦਾ ਹੈ। ਹਰ ਕੀਰਤ ਭਗਤ ਨਿਤ ਆਪ ਕਰਾਏ, ਆਪਣੇ ਭਗਤ ਦੀ ਆਪਣੇ ਸੇਵਕ ਦੀ ਕੀਰਤੀ ਵਡਿਆਈ ਹਰੀ ਆਪ ਕਰਾਉਂਦਾ ਹੈ। ਅਨ ਦਿਨ ਨਾਮ ਜਪੋ ਗੁਰਸਿੱਖੋ, ਇਸ ਕਰਕੇ ਹੇ ਗੁਰਸਿੱਖੋ ਦਿਨ ਰਾਤ ਗੁਰੂ ਦਾ ਜਾਪ ਕਰੋ, ਗੁਰੂ ਦੀ ਸਿੱਖਿਆ ਨੂੰ ਕਮਾਓ। ਹਰ ਕਰਤਾ ਸਤਿਗੁਰ ਘਰੀ ਵਸਾਏ, ਵਾਹਿਗੁਰੂ ਆਪ ਹੀ ਸਤਿਗੁਰੂ ਨੂੰ ਸਿੱਖਾਂ ਦੇ ਹਿਰਦੇ ਘਰ ਦੇ ਵਿੱਚ ਵਸਾਉਣ ਵਾਲਾ ਹੈ। ਨਾਮ ਸਿਮਰੋ ਨਾਮ ਜਪੋ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ, ਇਹ ਗੁਰਸਿੱਖੋ ਸਤਿਗੁਰੂ ਦੀ ਬਾਣੀ ਨੂੰ ਸਤ ਸਤ ਕਰਕੇ ਆਪਣਾ ਨਿਸ਼ਚਾ ਲਿਆਓ ਉਹਦੇ ਉੱਪਰ। ਹਰ ਕਰਤਾ ਆਪ ਮੂੰਹੋਂ ਕਢਾਏ, ਇਹ ਕਰਤਾ ਵਾਹਿਗੁਰੂ ਪਰਮੇਸ਼ਰ ਆਪ ਮੂੰਹੋਂ ਕਢਾਉਂਦਾ ਹੈ। ਇਹ ਬਾਣੀ ਨੂੰ ਐਵੇਂ ਨਾ ਸਮਝਿਓ, ਇਹ ਬਾਣੀ ਮਹਾਂਪੁਰਖ ਕੀ ਹੈ। ਗੁਰਸਿੱਖਾਂ ਕੇ ਮੂੰਹ ਉਜਲੇ ਕਰੇ ਹਰ ਪਿਆਰਾ, ਗੁਰ ਕਾ ਜੈਕਾਰ ਸੰਸਾਰ ਸਭ ਸਬਤ ਕਰਾਏ। ਗੁਰਸਿੱਖਾਂ ਦੇ ਮੂੰਹ ਜਿਹੜੇ ਨੇ, ਮੁੱਖ ਜਿਹੜੇ ਨੇ, ਹਰੀ ਪਿਆਰਾ ਆਪੇ ਹੀ ਪਵਿੱਤਰ ਕਰਨ ਵਾਲਾ ਹੈ, ਰੌਸ਼ਨ ਕਰਨ ਵਾਲਾ, ਉਜਲੇ ਕਰਨ ਵਾਲਾ ਹੈ, ਤੇ ਗੁਰੂ ਦੀ ਜੈ ਜੈਕਾਰ ਸੰਸਾਰ ਦੇ ਵਿੱਚ ਸਬਤ ਸਾਰੀਆਂ ਥਾਵਾਂ ਤੇ ਕਰਾਉਣ ਵਾਲਾ ਹੈ। ਜਨ ਨਾਨਕ ਹਰ ਕਾ ਦਾਸ ਹੈ, ਹਰ ਦਾਸਨ ਕੀ ਹਰ ਪੈਜ ਰਖਾਏ। ਪਾਤਸ਼ਾਹ ਕਹਿੰਦੇ ਨੇ ਮੈਂ ਵੀ ਉਸ ਵਾਹਿਗੁਰੂ ਦਾ ਦਾਸ ਹਾਂ, ਜਨ ਨਾਨਕ ਹਰ ਕਾ ਦਾਸ ਹੈ। ਗੁਰੂ ਰਾਮਦਾਸ ਮਹਾਰਾਜ ਵੱਡੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਮੋਹਰ ਲਾ ਕੇ ਕਹਿੰਦੇ ਨੇ ਮੈਂ ਵੀ ਉਹਦਾ ਦਾਸ ਹਾਂ, ਜਿਹੜਾ ਆਪਣੇ ਦਾਸਾਂ ਦੀ ਪੈਜ ਵਧਾਉਣ ਵਾਲਾ, ਇੱਜ਼ਤ ਰਖਾਉਣ ਵਾਲਾ ਹੈ। ਪੌੜੀ ਵਿੱਚ ਮਹਾਰਾਜ ਕਹਿੰਦੇ ਨੇ ਹੇ ਪ੍ਰਭੂ ਤੂੰ ਸੱਚਾ ਸਾਹਿਬ ਆਪ ਹੈ, ਸੱਚ ਸ਼ਾਹ ਹਮਾਰੇ, ਤੂੰ ਸਦਾ ਸਥਿਰ ਰਹਿਣ ਵਾਲਾ ਆਪ ਹੀ ਹੈ, ਤੂੰ ਸਾਡਾ ਸ਼ਾਹ ਹੈ, ਸੱਚ ਪੂੰਜੀ ਨਾਮ ਦਰੜਾਏ ਪ੍ਰਭ ਵਣਜਾਰੇ ਥਾਰੇ। ਥਾਰੇ ਦਾ ਮਤਲਬ ਤੇਰੇ, ਅਸੀਂ ਤੇਰੇ ਵਣਜਾਰੇ ਹਾਂ, ਵਪਾਰੀ ਹਾਂ, ਤੂੰ ਸਾਡਾ ਸ਼ਾਹ ਹੈ, ਸਾਨੂੰ ਸੱਚੇ ਨਾਮ ਦੀ ਜਿਹੜੀ ਪੂੰਜੀ ਹੈ ਉਹ ਨਿਸ਼ਚੇ ਕਰਾ, ਸਾਡੇ ਮਨ ਵਿੱਚ ਪੱਕੀ ਕਰਾ ਦੇ। ਦਰੜਾਏ ਦਾ ਮਤਲਬ ਨਿਸ਼ਚੇ ਕਰਾਉਣਾ, ਪੱਕੀ ਕਰਨਾ। ਸੱਚ ਸੇਵੇ ਸੱਚ ਵਣੰਜ ਲਹਿ ਗੁਣ ਕਥੇ ਨਿਰਾਰੇ, ਜਿਹੜੇ ਸੱਚ ਨੂੰ ਸਿਮਰਦੇ ਹਨ, ਸੱਚ ਦਾ ਵਣਜ ਵਪਾਰ ਕਰਦੇ ਹਨ, ਜਿਹੜੇ ਪ੍ਰਭੂ ਦੇ ਨਿਰਾਲੇ ਗੁਣਾਂ ਦਾ ਕਥਨ ਕਰਦੇ ਹਨ, ਸੇਵਕ ਪਾਏ ਸੇ ਜਨ ਮਿਲੇ, ਉਹ ਸੇਵਕ ਪ੍ਰੇਮਾ ਭਾਉ ਦੇ ਨਾਲ ਪ੍ਰਭੂ ਨੂੰ ਮਿਲ ਪੈਂਦੇ ਨੇ। ਗੁਰ ਸ਼ਬਦ ਸਵਾਰੇ, ਜਿਹੜੇ ਗੁਰੂ ਸ਼ਬਦ ਦੇ ਨਾਲ ਆਪਣਾ ਜੀਵਨ ਸਵਾਰ ਲੈਂਦੇ ਨੇ, ਉਹ ਪ੍ਰੇਮਾ ਭਾਉ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਉਹ ਪ੍ਰਭੂ ਪਰਮੇਸ਼ਰ ਦੇ ਨਾਲ ਮਿਲ ਜਾਂਦੇ ਨੇ। ਤੂੰ ਸੱਚਾ ਸਾਹਿਬ ਅਲੱਖ ਹੈ, ਗੁਰ ਸ਼ਬਦ ਲਿਖਾਰੇ। ਹੇ ਪ੍ਰਭੂ ਤੂੰ ਸੱਚਾ ਹੈ, ਸਦਾ ਸਥਿਰ ਰਹਿਣ ਵਾਲਾ ਹੈ, ਅਲੱਖ ਹੈ, ਨਾ ਲਿਖਿਆ ਜਾਣ ਵਾਲਾ ਹੈ। ਇਹ ਵੀ ਸੋਝੀ ਜਿਹੜੀ ਹੈ ਗੁਰੂ ਦੇ ਸ਼ਬਦ ਦੇ ਦੁਆਰਾ ਹੀ ਆਉਂਦੀ ਹੈ। ਗੁਰ ਸ਼ਬਦ ਲਿਖਾਰੇ, ਲਿਖਾਰੇ ਦਾ ਮਤਲਬ ਲੱਖਣਾ, ਸੋਝੀ ਪਾਉਣੀ। ਜਿਹਨੂੰ ਸੋਝੀ ਪਾ ਦਿੰਦਾ ਹੈ ਉਹਨੂੰ ਇਹ ਸੋਝੀ ਆ ਜਾਂਦੀ ਹੈ ਕਿ ਅਕਾਲ ਪੁਰਖ ਸਦਾ ਸਥਿਰ ਰਹਿਣ ਵਾਲਾ ਹੈ। ਸੋ ਸਤਿਗੁਰੂ ਕਿਰਪਾ ਕਰਨ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੇ। ਅੱਜ ਮਾਲਕ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਣ ਦਾ ਪੁਰਬ ਹੈ। ਕਰਤਾਰਪੁਰ ਦੀ ਧਰਤੀ ਦੇ ਉੱਪਰ ਸਤਿਗੁਰਾਂ ਨੇ ਵਿੱਚ ਕਰਤਾਰਪੁਰੇ ਜਗਰਾਈ, ਗੁਰ ਅੰਗਦ ਕੋ ਦੀਨ ਵਡਾਈ, ਆਪਣ ਕੀਨ ਸੱਚਖੰਡ ਪਿਆਨਾ, ਜੋਤ ਰੂਤ ਬਿਬ ਤਨ ਪਲਟਾਨਾ। ਆਪਣਾ ਤਨ ਪਲਟਾ ਕਰਕੇ ਆਪ ਸੱਚੇ ਪਾਤਸ਼ਾਹ ਜੋਤ ਸਮਾਣੀ, ਜੋਤ ਮਾਹੇ ਆਪ ਆਪੇ ਸੇਤੀ ਮਿੱਖਿਓਨ, ਜਾਂ ਸੁਧੋਸ ਦਾ ਲੈਣਾ ਟਿੱਕਿਓਨ। ਆਪਣੀ ਥਾਂ 'ਤੇ ਟਿਕਾ ਕੇ ਆਪਣੀ ਜੋਤ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹਿਰਦੇ ਦੇ ਵਿੱਚ ਟਿਕਾ ਕਰਕੇ
ਬਾਬਾ ਮੜੀ ਨਾ ਗੋਰ ਗੁਰ ਅੰਗਦ ਕੇ ਹੀਏ ਮੈਂ, ਇਹ ਬਚਨ ਕਹਿ ਕਰਕੇ ਪਾਤਸ਼ਾਹ ਜੀ ਜੋਤੀ ਜੋਤ ਸਮਾਏ ਨੇ। ਸੋ ਅੱਜ ਉਹਨਾਂ ਦੇ ਮਹਾਨ ਪੁਰਬ ਦੇ ਉੱਪਰ ਵਿਚਾਰਾਂ ਕਰਦੇ ਹਾਂ, ਫੁੱਲਾਂ ਦੀ ਖਿਮਾ ਬਖਸ਼ਣੀ। ਅਸੀਂ ਗੁਰੂ ਸਾਹਿਬ ਜੀ ਦੀ ਸਿੱਖਿਆ ਉਪਦੇਸ਼ ਨੂੰ ਆਪਣੇ ਜੀਵਨ 'ਚ ਵਸਾਈਏ, ਸਾਡਾ ਮਨਾਇਆ ਪੁਰਬ ਸਫਲਾ ਹੋਵੇਗਾ। ਬੇਅੰਤ ਫੁੱਲਾਂ ਦੀ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।